ਸਨਮਾਨਯੋਗ ਸਤ ਸੰਗਤ ਜੀਓ ਆਪ ਜੀ ਨੂੰ ਪਤਾ ਹੈ ਸਤ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ 400 ਸਾਲਾ ਪ੍ਰਕਾਸ਼ ਪੁਰਬ 1 ਮਈ ਨੂੰ ਆ ਰਿਹਾ ਹੈ ਜਿਸ ਦੀ ਤਿਆਰੀਆਂ ਤੇ ਉਸਾਰੀਆਂ ਵੱਡੇ ਪੱਧਰ ਤੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਚੱਲ ਰਹੀਆਂ ਹਨ ਗੁਰਦੁਆਰਾ ਸੀਸਗੰਜ ਸਾਹਿਬ ਦਾ ਸੁੰਦਰੀਕਰਨ ਲੰਗਰ ਹਾਲ ਵੱਡਾ ਖੁੱਲਾ ਬਣਾਇਆ ਜਾ ਰਿਹਾ ਹੈ ਆਧੁਨਿਕ ਕਿਚਨ ਮਾਡਰਨ ਤਰੀਕੇ ਨਾਲ ਗੁਰੂ ਕੇ ਲੰਗਰ ਸੰਗਤ ਲਈ ਤਿਆਰ ਹੋ ਰਹੀ ਹੈ ਥੜਾ ਸਾਬ ਸ਼ਹੀਦੀ ਅਸਥਾਨ ਵਾਲੇ ਤਖਤ ਸਥਾਨ ਦੀ ਅਤੇ ਸੁਖਾਸਨ ਸਚਖੰਡ ਅਸਥਾਨ ਦੀ ਸੇਵਾਵਾਂ ਚੱਲ ਰਹੀਆਂ ਹਨ ਇਹਨਾਂ ਸੇਵਾਵਾਂ ਦੇ ਵਿੱਚ ਤਨ ਮਨ ਤ ਨਾਲ ਵੱਧ ਚੜ ਕੇ ਹਿੱਸਾ ਪਾਓ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੇਣਾ ਅਸੀਂ ਦੇ ਨਹੀਂ ਸਕਦੇ ਜੇ ਅੱਜ ਹਿੰਦੂ ਵੀਰ ਕਹਿੰਦੇ ਨੇ ਗਰਵ ਸੇ ਕਹੋ ਹਮ ਹਿੰਦੂ ਹੈ ਅਸੀਂ ਕਹਿੰਦਿਆਂ ਮਾਣ ਨਾਲ ਕਹੋ ਅਸੀਂ ਸਿੱਖ ਹਾਂ ਨਾ ਗਰਵ ਰਹਿਣਾ ਸੀ ਨਾ ਮਾਣ ਰਹਿਣਾ ਸੀ ਜੇ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਨਾ ਦਿੰਦੇ ਅੱਜ ਜੇ ਇਸ ਦੇਸ਼ ਨੂੰ ਭਾਰਤ ਵਰਸ਼ ਜਾਂ ਹਿੰਦੁਸਤਾਨ ਕਿਹਾ ਜਾਂਦਾ ਏ ਨਾ ਕਹਿ ਪਾਉਂਦੇ ਪਛਾਣ ਮਿਟ ਜਾਂਦੀ ਇਹ ਵੀ ਕਿਤੇ ਤੁਰਕਮੇਨਿਸਤਾਨ ਉਜ਼ਬੇਕਿਸਤਾਨ ਅਫਗਾਨਿਸਤਾਨ ਵਾਂਗ ਹੁੰਦਾ ਮੰਦਰ ਤੇ ਗੁਰਦੁਆਰੇ ਨਜ਼ਰ ਨਾ ਆਉਂਦੇ ਜੇ ਗੁਰੂ ਤੇਗ ਬਹਾਦਰ ਸਾਹਿਬ ਬਲੀਦਾਨ ਨਾ ਦਿੰਦੇ ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੇਣਾ ਅਸੀਂ ਦੇ ਨਹੀਂ ਸਕਦੇ ਇਹਨਾਂ ਸੇਵਾਵਾਂ ਦੇ ਵਿੱਚ ਤਨ ਮਨ ਧਨ ਨਾਲ ਵਾਚੜ ਕੇ ਹਿੱਸਾ ਪਾਉ ਸਤਿਗੁਰੂ ਕਹਿੰਦੇ ਵਿਲੰਭ ਪਾਪੰ ਨਹਿ ਵਿਲੰਭ ਧਰਮੰ ਪਾਪ ਕਰਨ ਲੱਗਿਆਂ ਦੇਰ ਕਰੋ ਕੀ ਪਤਾ ਮਨ ਬਦਲ ਜਾਵੇ ਪਾਪ ਕਰਨ ਤੋਂ ਬਚ ਜਾਈਏ ਪਰ ਧਰਮ ਕਰਨ ਲੱਗਿਆਂ ਬਿਲਕੁਲ ਦੇਰ ਨਹੀਂ ਕਰਨੀ ਜੇ ਮਨ 'ਚ ਖਿਆਲ ਆਇਆ ਓਸੇ ਵੇਲੇ ਕਹਿ ਗੁਜ਼ਰੋ ਵਿਦੇਸ਼ਾਂ ਤੋਂ ਵੀ ਕੱਲ ਬਹੁਤ سارے ਫੋਨ ਆਏ ਨੇ ਜਿਨ੍ਹਾਂ ਨੇ ਪੀਟੀਸੀ ਸਿਮਨ ਲਾਈਵ ਤੇ ਸੁਣਿਆ ਹੈ ਸੰਗਤਾਂ ਸੇਵਾਵਾਂ ਵਿੱਚ ਹਿੱਸਾ ਪਾ ਰਹੀਆਂ ਹਨ ਅੱਜ ਦੇ ਕਥਾ ਦੀ ਸੇਵਾમાં ਪੰਥ ਦੀ ਅਜਿਹੀ ਸ਼ਖਸੀਅਤ ਪੰਥ ਪਰਸਦ ਵਿਦਵਾਨ ਸਤਕਾਰਯੋਗ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਸੰਪਰਦਾਏ ਬਾਬਾ ਵਿਧੀ ਚੰਦ ਛੀਨਾ ਨਿਭਾ ਰਹੇ ਹਨ ਬਾਬਾ ਵਿਧੀ ਚੰਦ ਜੀ ਜਦ ਗੱਲ ਆਉਂਦੀ ਹੈ ਤੇ ਮਨ ਗਦਗਦ ਹੋ ਜਾਂਦਾ ਏ ਜਦ ਵੀ ਕੋਈ ਪਿਤਾ ਪੁੱਤਰ ਦੀ ਕਾਮਯਾਬੀ ਨੂੰ ਵੇਖਦਾ ਨਾ ਤੇ ਕਹਿੰਦਾ ਮੇਰਾ ਸੀਨਾ ਚੌੜਾ ਹੋ ਗਿਆ ਮੇਰੀ ਛਾਤੀ ਚੌੜੀ ਹੋ ਗਈ ਪਰ ਗੁਰੂ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇ ਇੰਨੀ ਮਹਾਨ ਕਿਰਪਾ ਕਰ ਦਿੱਤੀ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਕਹਿੰਦੇ ਮੇਰਾ ਸੀਨਾ ਹੈ ਮੇਰੀ ਛਾਤੀ ਵਿਧੀ ਚੰਦ ਹੈ ਸੋ ਐਸੀ ਸੰਪਰਦਾਇਓ ਸਤਕਾਰਯੋਗ ਬਾਬਾ ਜੀ ਸੰਗਤਾਂ ਦਾ ਬਹੁਤ ਪਿਆਰ ਲੈ ਰਹੇ ਨੇ ਆਓ ਟਿਕ ਕੇ ਕਥਾ ਦਾ ਆਨੰਦ ਮਾਣੋ ਇਕਾਗਰਤਾ ਬਖਸ਼ ਕੇ ਜਿੱਥੇ-ਜਿੱਥੇ ਜਗ੍ਹਾ ਮਿਲੇ ਬੈਠ ਜਾਓ ਜੇ ਪੁੱਜ ਗਏਓ ਗੁਰੂ ਅਸਥਾਨ ਤੱਕ ਤੇ ਫਿਰ ਕਥਾ ਦਾ ਆਨੰਦ ਮਾਣ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦੁਗੋਪਾਲ ਗੁਰ ਗੁਰਪੂਰਨ ਨਾਰਾਇਣਹ ਗੁਰਦਿਆਲ ਸਮਰਾਥ ਗੁਰ ਗੁਰਨਾਨਕ ਪਤਤ ਉਦਾਰਣ ਹੈ ਜਬਰ ਸ਼ਤਰ ਤਖਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸ਼ੋਭਾਇਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਦਿੱਲੀ ਵਿਖੇ ਆਪ ਸਰਬਤ ਸੰਗਤਾਂ ਹਾਜ਼ਰੀਨ ਹੋ ਬੜੀ ਸਹਜਤਾ ਦੇ ਨਾਲ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਹੁਣਾਂ ਨੇ ਆਪ ਸੰਗਤ ਨੂੰ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕਰਵਾਇਆ ਹੈ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿਨਾਂ ਦੀ پاک ਬਾਣੀ ਦੀ ਵਿਚਾਰ ਜੋ ਇਸ ਪਾਕਿਸਤਾਨ ਦੇ ਉੱਤੇ ਆਰੰਭ ਹੋਈ ਸੀ ਆਓ ਉਸ ਬਾਣੀ ਦੀ ਅਗੰਮੀ ਵਿਚਾਰ ਦੇ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਪਤ ਤੋ ਉਧਾਰਣ ਪੈ ਹਰਨ ਹਰ ਅਨਾਥ ਕੇ ਨਾਥ ਕਹੋ ਨ ਕੋ ਤਹ ਜਾਨੀ ਐ ਸਦਾ ਬਸਤ ਤਮ ਸਾਥ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਦੀ ਅਗੰਮੀ ਜੋਤ ਦਾ ਵਾਸਾ ਪੁਸ਼ਪਾਕ ਨੌਵੇਂ ਮਹੱਲ ਵਿੱਚ ਜਿਸ ਸ਼ਖਸੀਅਤ ਬਾਬਤ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ ਗੁਰਪਰਮੇਸ਼ਰ ਗੁਰਗੋਵਿੰਦ ਗੁਰਦਾਤਾ ਦਇਾਲ ਬਖਸ਼ਿੰਦ ਅਕਾਲ ਪੁਰਖ ਦੇ ਸਰਗੁਣ ਸਰੂਪ ਨੇ ਗੁਰੂ ਤੇਗ ਬਹਾਦਰ ਸਾਹਿਬ ਸਮਰੱਥ ਹੋਣ ਦੇ ਕਾਰਨ ਬਖਸ਼ਿੰਦ ਹੋਣ ਦੇ ਕਾਰਨ ਜੋ ਵੀ ਉਹਨਾਂ ਦੇ ਦਰ ਤੇ ਆਉਂਦਾ ਹੈ ਉਹ ਦਇਆਵਾਨ ਹੋ ਕੇ ਬਖਸ਼ਿਸ਼ ਕਰਦੇ ਨੇ ਰੋਗਾਂ ਸ਼ੋਗਾਂ ਦਾ ਨਾਸ਼ ਕਰਨ ਵਾਲੇ ਨੇ ਬੰਦਨਾ ਨੂੰ ਕਟਣ ਵਾਲੇ ਨੇ ਜੋ ਵੀ ਸ਼ਰਨ ਆਉਂਦਾ ਹੈ ਬਖਸ਼ਿਸ਼ ਕਰਕੇ ਝੋਲੀਆਂ ਪਰ ਦਿੰਦੇ ਨੇ। ਔਰ ਸਭ ਤੋਂ ਵੱਡੀ ਉਦਾਹਰਣ ਉਹਨਾਂ ਦੇ ਬਿਰਦ ਦੀ ਸੁਭਾ ਦੀ ਇਹ ਪਾਕ ਜਗਾ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਹੀ ਉਹ ਆਪਰੀ ਹੈ ਤੇ ਦੁਨੀਆ ਵਿੱਚ ਤੁਸੀਂ ਦੇਖਦੇ ਹੋ ਚਾਹੇ ਕਿਸੇ ਵੀ ਧਰਮ ਦਾ ਰਹਿਬਰ ਹੈ ਆਗੂ ਹੈ ਉਹ ਆਪਣੇ ਧਰਮ ਦੇ ਲਈ ਆਪਣਾ ਜੀਵਨ ਜਿਹੜਾ ਹੈ ਉਹ ਦਾਤ ਤੇ ਲਾਉਂਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਬੁਲੰਦ ਹਸਤੀ ਬਾਬਤ ਕਿਹਾ ਸੀ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੁ ਆਨ ਇਹਦਾ ਮਤਲਬ ਇਹ ਸੀ ਕਿ ਕੋਈ ਰਹਿਬਰ ਦੂਸਰੇ ਧਰਮ ਦੇ ਚਿੰਨਾਂ ਦੀ ਖਾਤਰ ਸਿਰ ਨਹੀਂ ਦਿੰਦਾ ਕੋਈ ਮਹਾਪੁਰਸ਼ ਇਹ ਨਹੀਂ ਕਰ ਸਕਿਆ ਇਹ ਉਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਨੇ ਕਦੇ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਇਹ ਜਿਹੜੇ ਸਨਾਤਨ ਮਤ ਦੇ ਚਿੰਨ ਸਨ ਉਹ ਪਾਉਣ ਤੋਂ ਸਾਫ ਇਨਕਾਰ ਕੀਤਾ ਸੀ ਬ੍ਰਾਹਮਣ ਕਹਿੰਦਾ ਤੁਹਾਨੂੰ ਜੰਝੂ ਪਾਉਣਾ ਪਵੇਗਾ ਪਨਵੇਂ ਜਾਮੇ ਦੇ ਉਹਨਾਂ ਦੇ ਬੋਲ ਨੇ ਨਾ ਹਮ Hindu ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ ਅਸੀਂ ਕੇਵਲ ਇੱਕ ਅਕਾਲ ਪੁਰਖ ਦੇ ਪੁਜਾਰੀ ਹਾਂ ਨਾ ਕਲਮਾ ਪੜ੍ਹਦੇ ਹਾਂ ਨਾ ਗਾਇਤਰੀ ਪੜ੍ਹਦੇ ਹਾਂ ਸੋ ਇਹ ਜੰਝੂ ਨਹੀਂ ਪਾਇਆ ਤੇ ਜਦੋਂ ਨੌਵਾਂ ਜਾਮਾ ਆਇਆ ਤੱਕੋ ਜ਼ੋਰੀ دارੁਲ ਹਰਬ ਨੂੰ دارੁਲ ਇਸਲਾਮ ਵਿੱਚ ਔਰੰਗਜ਼ੇਬ ਉਪੇਧ ਕਰਨ ਲੱਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਗੱਲ ਕਹੀ ਸੀ ਕਿਰਪਾ ਰਾਮਦਤ ਜੇ ਅਸੀਂ ਪਹਿਲੇ ਜਾਮੇ ਤਕੇ ਨਾਲ ਜੰਝੂ ਪੈਣ ਨਹੀਂ ਦਿੱਤਾ ਤੇ ਹੁਣ ਨੌਵੇਂ ਜਾਮੇ ਤਕੇ ਨਾਲ ਜੰਝੂ ਲੈਣ ਨਹੀਂ ਦੇਣਾ ਇਨਸਾਨੀਅਤ ਨੂੰ ਰੱਖਿਆ ਜੰਝੂ ਨੂੰ ਰੱਖਿਆ ਇਸ ਸਥਾਨ ਪਾਕ ਮੌਜੂਦ ਹੈ ਤੇ ਸਨਾਤਨ ਮਤ ਮੌਜੂਦ ਹੈ ਜੇ ਇਹ ਜਗਾ ਨਾ ਹੁੰਦੀ ਜੇ ਬਾਪੂ ਨੇ ਸਿਰ ਨਾ ਦਿੱਤਾ ਹੁੰਦਾ ਤੇ ਅੱਜ ਹਿੰਦੂ ਮਤ ਦਾ ਦੁਨੀਆ ਤੇ ਨਾਮੋ ਨਿਸ਼ਾਨ ਨਾ ਹੁੰਦਾ ਉਹਦਾ ਇੱਕ ਸੁਭਾਅ ਹੈ ਸਤਗੁਰ ਦਾਤਾ ਮੁਕਤ ਕਰਾਏ ਉਹਨਾਂ ਸਾਥ ਦਵਾਉਣ ਵਾਲਾ ਹੈ ਉਹ ਬੜਾ ਬਖਸ਼ਿੰਦ ਹੈ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਪਰਸ਼ੀਅਨ ਵਿੱਚ ਇੱਕ ਬਚਨ ਕਿਹਾ ਅਨਵਾਰੇ ਹਕ ਅਜ ਵਾਜੂਦੇ ਪਾਕਿਸ਼ ਰੌਸ਼ਨ ਹਰ ਦੋ ਆਲਮ ਜੇ ਫੈਜ਼ੇ ਫਜ਼ਲਿਸ਼ ਰੌਸ਼ਨ ਅ ਗੁਰੂ ਤੇਗ ਬਹਾਦਰ ਸਾਹਿਬ ਅਨਵਾਰੇ ਦਾ ਭਾਵ ਹੈ ਨੂਰ ਜੋ ਰੌਸ਼ਨੀ ਹੈ ਹੱਕ ਦਾ ਮਤਲਬ ਤੁਸੀਂ ਸਮਝਦੇ ਹੋ ਰੱਬ ਨੂੰ ਕਿਹਾ ਜਾਂਦਾ ਹੈ ਅਰਬੀ ਫਾਰਸੀ ਵਿੱਚ ਵਜੂਦ ਕਹਿੰਦੇ ਨੇ ਹੋਂਦ ਨੂੰ ਤੇ ਪਾਕਸ਼ ਦਾ ਮਤਲਬ ਹੈ ਪਾਕ ਅਸ਼ਦੋ ਲਬਜ਼ ਨੇ ਜਦੋਂ ਪਦਸ਼ੇਦ ਕਰੀਏ ਅਸ਼ਦ ਦਾ ਮਤਲਬ ਹੈ ਉਹਨਾਂ ਤੋਂ ਤੇ ਪਾਕ ਕਹਿੰਦੇ ਨੇ ਪਵਿੱਤਰ ਨੂੰ ਉਹ ਜੋ ਪਰਮਾਤਮਾ ਦਾ ਪਵਿੱਤਰ ਨੂਰ ਹੈ ਐ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਉਸ ਨੂਰ ਦਾ ਮੂਜਸਮਾ ਹੋ ਉਸ ਨੂਰ ਤੋਂ ਤੁਹਾਡੀ ਬਣਤਰ ਹੈ ਔਰ ਉਸ ਨੂਰ ਨੂੰ ਹੋਰ ਵਧਾਉਣ ਵਾਲੇ ਹੋ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਇੱਕ ਨੇ ਇਉਂ ਪਰਮੇਸ਼ਵਰ ਪਰਮਾਤਮਾ ਤੇ ਉਹਦਾ ਜਿਹੜਾ ਨੂਰ ਹੈ ਉਹ ਇੱਕ ਨੇ ਅਗੇ ਲਫ਼ਜ਼ ਵਰਤੇ ਨੇ ਆਲਮ ਜਹਾਨ ਨੂੰ ਕਿਹਾ ਜਾਂਦਾ ਹੈ ਤੇ ਫੈਸਲਾ ਬਜਾਉਂਦਾ ਹੈ ਕਿਰਪਾ ਲਈ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਤੁਸੀਂ ਦੋਹਾਂ ਜਹਾਨਾਂ ਦੇ ਅੰਦਰ ਕਿਰਪਾ ਕਰਨ ਵਾਲਿਓ ਆਪਣੇ ਪਿਆਰਿਆਂ ਤੇ ਮਿਹਰਬਾਨੀ ਕਰਨ ਵਾਲਿਓ ਭਾਵ ਤੁਹਾਡੀ ਤਾਕਤ ਜਿੱਥੇ ਸਰਗੁਣ ਸਰੂਪ ਦੇ ਤੌਰ ਤੇ ਇਸ ਰੂਹੇ ਜ਼ਮੀਨ ਵਿੱਚ ਚੱਲਦੀ ਹੈ ਉਥੇ ਪਰਲੋਕ ਵਿੱਚ ਤੁਸੀਂ ਨਿਰਗੁਣ ਸਰੂਪ ਹੋਣ ਦੇ ਕਾਰਨ ਖੁਦਾ ਦਾ ਰੂਪ ਹੋਣ ਦੇ ਕਾਰਨ ਤੁਹਾਡਾ ਹੀ ਡਾਂਗ ਉਥੇ ਵੀ ਕਾਇਮ ਹੈ ਤੁਹਾਡਾ ਜੋਰ ਪਰਲੋਕ ਵਿੱਚ ਵੀ ਚੱਲਦਾ ਹੈ ਬਾਣੀ ਚਾਹੁੰਦਾ ਹੈ ਨਾ ਇੱਥੇ ਉਥੇ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਇੱਥੇ ਕੀ ਹੈ ਮਾਤ ਲੋਕ ਉਥੇ ਕੀ ਹੈ ਪਰਲੋਕ ਗੁਰੂ ਪਾਤਸ਼ਾਹ ਲੋਕ ਪਰਲੋਕ ਦੇ ਅੰਦਰ ਰੱਖਿਆ ਕਰਨ ਵਾਲੇ ਨੇ ਆਪਣੇ ਪਿਆਰਿਆਂ ਨੂੰ ਰੱਖਣ ਵਾਲੇ ਨੇ ਨਾ ਗੁਰੂ ਇਸ ਮਰਸੀਫੁਲ ਉਹ ਦਇਆਵਾਨ ਹੈ ਉਹ ਦਿਆਲੂ ਹੈ ਉਹ پاک ਅਜ਼ਮਤਾ ਦਾ ਮਾਲਕ ਦਰ ਤੇ ਆਿਆਂ ਦੀ ਰੱਖਿਆ ਕਰਨ ਵਾਲਾ ਹੈ ਬਾਣੀ ਚਾਹੁੰਦਾ ਨਾ ਜਿਨ ਕੋ ਹੋਆ ਕਿਰਪਾਲ ਹਰ ਸੇ ਸਤਗੁਰ ਪੈਰੀ ਪਾਹੀ ਤਿੰ ਐਥੈ ਉਥੈ ਮੁਖ ਉਜਲੇ ਹਰ ਦਰਗਹਿ ਪੈਦੇ ਜਾਹੀ ਪਰਮੇਸ਼ਵਰ ਦਿਆਲੂ ਹੋਕੇ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨੀ ਲਾ ਦੇਵੇ ਤੇ ਫਿਰ ਜਿਹੜਾ ਗੁਰੂ ਹੈ ਨਾ ਉਹ ਲੋਕ ਪਰਲੋਕ ਵਿੱਚ ਸਾਡੇ ਮੁਖ ਉਜਲ ਰੱਖੇਗਾ ਇੱਥੇ ਵੀ ਸੁਖ ਤੇ ਪਰਲੋਕ ਦੇ ਵਿੱਚ ਵੀ ਸਾਨੂੰ ਨਜ਼ਾਤ ਦਿਵਾਵੇਗਾ ਨਰਕਾਦਕਾਂ ਤੋਂ ਸੋ ਐਸੇ ਪਾਤਸ਼ਾਹ ਦੇ ਆਗੰਮੀ ਗਲੂਏ ਚ ਜੋ ਬੋਲ ਪ੍ਰਗਟ ਹੋਏ ਨੇ ਆਪਾਂ ਉਹਨਾਂ ਦੀ ਵਿਆਖਿਆ ਕਰਨੀ ਹੈ ਉਹ ਬੋਲ ਜਿਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵਾਹੋ ਵਾਹੋ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸੁਮਾਣੀ ਅश्चर्य ਬਾਣੀ ਗੁਰਾਂ ਨੇ ਜੋ ਪ੍ਰਗਟ ਕੀਤੀ ਹੈ ਜਿਸ ਨੂੰ ਜਪ ਕੇ ਪੜ੍ਹ ਕੇ ਸੁਣ ਕੇ ਸਾਚ ਸਮਾਣੀ ਪਰਮਾਤਮਾ ਵਿੱਚ ਅਪੇਧਤਾ ਹਾਸਲ ਹੁੰਦੀ ਹੈ RAM ਨਾਮ ਪਿਆਰੇ ਸਭ ਕੁਲ ਉਧਾਰੇ RAM ਨਾਮ ਮੁਖ ਬਾਣੀ ਜਿਨ੍ਹਾਂ ਨੇ ਇਸ ਬਾਣੀ ਨੂੰ ਧਾਰਨ ਕੀਤਾ ਹੈ ਜਪਣਾ ਕੀਤਾ ਹੈ ਮਹਾਰਾਜ ਕਹਿੰਦੇ ਹੋ ਆਪ ਤੇ ਦੁਨੀਆ ਤੋਂ ਨਜ਼ਾਤ ਪਾ ਗਏ ਮੁਕਤ ਹੋ ਗਏ ਲਬਜ਼ ਵਰਤਿਆ ਹੈ ਕੁੱਲ ਉਧਾਰੇ ਉਹਨਾਂ ਦੀਆਂ ਕੁੱਲਾਂ ਦਾ ਵੀ ਉਦਾਰ ਹੋ ਜਾਂਦਾ ਹੈ دیر ਐਂਸੈਸਟਰਜ਼ ਐਂਡ ਜਨਰੇਸ਼ਨਸ ਵਿਲ ਬੀ ਸੇਵਡ ਹੋ ਸਕਦਾ ਬੁਰੇ ਕਰਮਾ ਕਰਕੇ ਪਹਿਲੇ ਡੁੱਬ ਗਏ ਹੋਣ ਨਰਕਾਂ ਚ ਵੱਡੇ-ਵਡੇਰੇ ਤੇ ਕਹਿੰਦੇ ਜੇ ਕੋਈ ਉਸ ਕੁੱਲ ਵਿੱਚ ਮਹਾਪੁਰਸ਼ ਗੁਰੂ ਨਾਨਕ ਦੀ ਬਾਣੀ गा ਲਵੇ ਤੇ ਉਹ ਜਿਹੜੇ ਡੁੱਬੇ ਨੇ ਨਾ ਉਹਨਾਂ ਨੂੰ ਵੀ ਨਰਕਾਂ ਚੋਂ ਕੱਢ ਲੈਂਦਾ ਹੈ ਆਉਣ ਵਾਲੀਆਂ ਪੀੜੀਆਂ ਨੂੰ ਤਾਰ ਲੈਂਦਾ ਹੈ ਜਿਨਨੇ ਗੁਰੂ ਪਾਤਸ਼ਾਹ ਦੀ ਬਾਣੀ ਗਾਈ ਹੈ ਆਵਣ ਜਾਣ ਰਹੇ ਸੁਖ ਪਾਇਆ ਘਰ ਅਨਹਦ ਸੁਰਤ ਸਮਾਣੀ ਆਵਾ ਗਵਣ ਤੋਂ ਮੁਕਤ ਹੋ ਜਾਂਦੇ ਨੇ ਔਰ ਜੀਵਨ ਦੇ ਵਿੱਚ ਸੁਖ हासिल ਹੁੰਦਾ ਹੈ ਐਸਾ ਇਸ ਬਾਣੀ ਦਾ ਪ੍ਰਤਾਪ ਹੈ ਗੁਰੂ ਤੇਗ ਬਹਾਦਰ ਸਹਿ ਪਾਤਸ਼ਾਹ ਵੈਰਾਗਮਈ ਫੁਰਮਾਨ ਕਰਦੇ ਨੇ ਪਤਤ ਉਧਾਰਨ ਭੈ ਹਰਨਾ ਹਰ ਅਨਾਥ ਕੇ ਨਾਥ ਪਹਿਲਾ ਲਬਜ ਵਰਤਿਆ ਹੈ ਪਤਤ ਹੁਣ ਜਿਹੜਾ ਪਤਿਤ ਦਾ ਮਤਲਬ ਹੈ ਪਹਿਲਾ ਪੱਖ ਹੈ ਜੋ ਡਿੱਗਿਆ ਹੋਇਆ ਹੈ ਧਰਮ ਤੋਂ ਕਰਮ ਤੋਂ ਜੋ ਚੰਗੇ ਕਰਮ ਨਹੀਂ ਕਰਦਾ ਜੋ ਠੱਠਾ ਹੋਇਆ ਹੈ ਦੂਸਰਾ ਭਾਵ ਜਿਹੜਾ ਪਤਿਤ ਦਾ ਬਾਣੀ ਦੇ ਵਿੱਚ ਆਉਂਦਾ ਹੈ ਨਾ ਉਹ ਮਹਾਰਾਜ ਕਹਿੰਦੇ ਨੇ ਜਿਸ ਨੂੰ ਲੋਕਾਈ ਨੇ ਦੁਨੀਆ ਨੇ ਚਮ ਕਰਕੇ ਜਾਤ ਕਰਕੇ ਨੀਵਾ ਆਖਿਆ ਵੀ ਇਹਦਾ ਵਰਣ ਨੀਵਾ ਹੈ ਢੱਗਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਨਾ ਪਤਤ ਜਾਤ ਉੱਤਮ ਭਯਾ ਚਾਰ ਵਰਣ ਪਏ ਪਗ ਆਏ ਇਹ ਕਿਹਦੀ ਗੱਲ ਕਰਦੇ ਨੇ ਮਹਾਰਾਜ ਅਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਈ ਹੁਣ ਬ੍ਰਾਹਮਣ ਨੇ ਵਰਨਵੰਡ ਬਣਾ ਦਿੱਤੀ ਕਹਿੰਦਾ ਅਸੀਂ ਬ੍ਰਹਮ ਦੀ ਅੰਸ਼ ਸਭ ਤੋਂ ਉੱਚੇ ਛਤਰੀ ਪਹਿਰਾ ਦੇਣਗੇ ਸਾਡੇ ird gird ਕਿਉਂਕਿ ਉੱਚਿਆਂ ਨੂੰ ਖਤਰਾ ਵੀ ਬਹੁਤਾ ਹੁੰਦਾ ਹੈ ਜਿਹੜੇ ਵੈਸ਼ ਨੇ ਜਾਟਾਦਕ ਇਹ ਖੇਤੀਬਾੜੀ ਕਰਕੇ ਅਨਾਜ ਪੈਦਾ ਕਰਨ ਸਾਡੇ ਖਾਣ ਲਈ ਤੇ ਜਿਹੜਾ ਸ਼ੂਦਰ ਹੈ ਉਹ ਮੁੱਠੀ ਚਾਪੀ ਕਰੇ ਕਿਉਂਕਿ ਛਾਕ ਛਾ ਕੇ ਬ੍ਰਾਹਮਣ ਥੱਕ ਵੀ ਜਾਂਦਾ ਲੱਤਾਂ ਘੁੱਟਣ ਵਾਲਾ ਵੀ ਕੋਈ ਚਾਹੀਦਾ ਹੈ ਇਹ ਵਰਣ ਵੰਡ ਇਹਦਾ ਕੀਤੀ ਹੈ ਉਹਨੇ ਆਪਣੇ ਸੁਖ ਅਨੁਸਾਰ ਰਵਿਦਾਸ ਜੀ ਨੂੰ ਕਹਿ ਦਿੱਤਾ ਤੁਸੀਂ ਚਮਾਰ ਹੋ ਚੰਮ ਦਾ ਕਾਰੋਬਾਰ ਕਰਦੇ ਹੋ ਤੁਸੀਂ ਨੀਵੇਂ ਹੋ ਕਹਿੰਦੇ ਜਦੋਂ ਉਸ ਰਵਿਦਾਸ ਜੀ ਦੇ ਗਲੂਏ ਮੁਬਾਰਕ ਵਿੱਚ ਅਕਾਲ ਪੁਰਖ ਦੇ ਬੋਲ ਪੈ ਗਏ ਜਦੋਂ ਉਹਨਾਂ ਨੇ ਪ੍ਰਮਾਤਮਾ ਦੀ ਵਡਿਆਈ ਘਾਈ ਤੇ ਚਾਰੇ ਵਰਣ ਹੀ ਚਰਣਾ ਵਿੱਚ ਝੁਕ ਗਏ ਪਤਿਤ ਨੂੰ ਉੱਚਾ ਕਰ ਦਿੱਤਾ ਹੁਣ ਅੱਗੇ ਪਤਤ ਦਾ ਪੱਖ ਹੋਰ ਵੀ ਹੈ ਜਿਹੜੇ ਕਰਮ ਕਰਕੇ ਨੀਵੇਂ ਨੇ ਜਿਹੜੇ ਧਰਮ ਤੋਂ ਵਿਪਰੀਤ ਚੱਲਦੇ ਨੇ ਤੈਨੂੰ ਧਾਰਨਾ ਬਾਣੀ ਵਿੱਚ ਜ਼ਿਆਦਾਤਰ ਆਉਂਦੀਆਂ ਨੇ ਅਜਾਮਲ ਗੱਜ ਗਨਕਾ ਪਤਤ ਕਰਮ ਕੀਨੇ ਤੇਉ ਉੱਤਰ ਪਾਰ ਪਰੇ ਰਾਮ ਨਾਮ ਲੀਨੇ ਪਹਿਲਾ ਲਫ਼ਜ਼ ਵਰਤਿਆ ਹੈ ਮਹਾਰਾਜ ਨੇ ਅਜਾਮਲ ਕਨੌਜ ਦਾ ਇੱਕ ਬ੍ਰਾਹਮਣ ਸੀ ਜਿਹੜਾ ਬੜਾ ਦੁਰਾਚਾਰੀ ਸੀ ਇਹਨੇ ਆਪਣੀ ਇਸਤਰੀ ਕਬੇਸਵਾ ਨੂੰ ਬਣਾ ਲਿਆ ਸੀ ਜਿਸ ਕਰਕੇ ਸਮਾਜ ਵਿੱਚ ਇਹਦਾ ਬੜਾ ਨਿਰਾਦਰ ਹੋਇਆ ਹੁਣ ਸਾਧੂ ਨੇ ਉਪਦੇਸ਼ ਦਿੱਤਾ ਵੀ ਬੱਚੇ ਦਾ ਨਾਮ ਨਾਰਾਇਣ ਰੱਖ ਉਨੇ ਨਾਮ ਨਾਰਾਇਣ ਰੱਖ ਲਿਆ ਤੇ ਆਪਣਾ ਮੋਹ ਬੜਾ ਹੁੰਦਾ ਬੱਚਿਆਂ ਨਾਲ ਉਹ ਵਾਰ-ਵਾਰ ਜਦੋਂ ਬੱਚੇ ਨੂੰ ਆਵਾਜ਼ ਦੇ ਕੇ ਬੁਲਾਉਂਦਾ ਹੈ ਨਾਰਾਇਣ ਕਹਿੰਦਾ ਹੈ ਨਾ ਗਲੂਏ ਵਿੱਚ ਨਾਮ ਸੀ ਬੱਚੇ ਦਾ ਉਧਰੋਂ ਕਾਲ ਆਣ ਚੜਿਆ ਮੌਤ ਆ ਗਈ ਉਹ ਪ੍ਰੇਮ ਸਹਿਤ ਜਦੋਂ ਨਾਰਾਇਣ ਆਖਿਆ ਉਧਰੋਂ ਕਾਲ ਨੇ ਪ੍ਰਾਣ ਹਰ ਲਏ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਾਰਾਇਣ ਕਹਿਣ ਦੇ ਨਾਲ ਉਸ ਪਾਪੀ ਨੂੰ ਨਜਾਤ ਮਿਲ ਗਈ। ਬੰਦ ਖਲਾਸੀ ਹੋ ਗਈ, ਮੁਕਤੀ ਮਿਲ ਗਈ, ਲਿਬਰੇਸ਼ਨ, ਐਮੈਂਸੀਪੇਸ਼ਨ। ਉਹ ਮੁਕਤ ਹੋ ਗਿਆ। ਮਹਾਰਾਜ ਨੇ ਮੋਹਰ ਲਾਈ ਐ ਇਸ ਸਾਖੀ ਤੇ ਅਜਾਮਲ ਕਉ ਅੰਤ ਕਾਲ ਮਹ ਨਾਰਾਇਣ ਸੁਧ ਆਈ। ਤੇ ਅੱਗੇ ਮਹਾਰਾਜ ਕਹਿੰਦੇ ਨੇ ਜਾ ਗਤ ਕਉ ਜੋਗੀ ਸੁਰ ਬਾਸ਼ਤ ਸੋ ਗਤ ਸ਼ਿਨਮਹ ਪਾਈ ਬੜੇ ਬੜੇ ਜੋਗੀ ਜਨ ਜਿਹੜੀ ਮੁਕਤੀ ਚਾਹੁੰਦੇ ਨੇ ਉਹ ਨਾਰਾਇਣ ਕਹਿਣ ਦੇ ਨਾਲ ਅਜਾਮਲ ਨੂੰ ਹਾਸਲ ਹੋ ਗਈ ਉਹ ਮੁਕਤ ਹੋ ਗਿਆ ਦੂਸਰੀ ਉਦਾਹਰਣ ਪਤਤ ਕਰਮ ਕਰਨ ਵਾਲਿਆਂ ਵਿੱਚੋਂ ਇੱਕ ਗੰਦਰਵ ਦੀ ਦਿੱਤੀ ਹੈ ਗੰਦਰਵ ਹੁੰਦੇ ਨੇ ਜਿਹੜੇ ਦੇਵਤਿਆਂ ਦੇ ਦਰ ਤੇ ਕੀਰਤੀ ਗਾਉਂਦੇ ਨੇ ਕੀਰਤਨ ਕਰਦੇ ਨੇ ਉਹ ਜਿਹੜਾ ਗੰਦਰਵ ਸੀ ਨਾ ਉਹ ਇੱਕ ਰਖੀ ਦੇ ਸ਼ਰਾਫ ਨਾਲ ਹਾਥੀ ਦੀ ਜੂਨੇ ਪੈ ਗਿਆ ਕੋਈ ਉਹਨੇ ਐਸਾ ਕਰਮ ਕੀਤਾ ਇੱਕ ਦਿਨ ਤਲਾਬ ਤੋਂ ਜਲ ਛਕਣ ਲੱਗਾ ਤੰਦੂਆ ਕਹਿ ਲਓ ਮਗਰਮਸ਼ ਕਹਿ ਲਓ ਹੁਣ ਉਹਦੇ ਵਿੱਚ ਅਜਮਤ ਬੜੀ ਐ ਤਾਕਤ ਬੜੀ ਐ ਉਹਨੇ ਜਲ ਛਕਦੇ ਹਾਥੀ ਨੂੰ ਫੜ ਲਿਆ ਜਦੋਂ ਪੈਰ ਤੋਂ ਫੜ ਲਿਆ ਤੇ ਧੂਕੇ ਜ਼ੋਰ ਦੇ ਸਹਿਤ ਉਹਨੂੰ ਜਲ ਵਿੱਚ ਅਗਾਹ ਲੈ ਜਾਣਾ ਚਾਹੁੰਦਾ ਹੈ ਆਪਣਾ ਸ਼ਿਕਾਰ ਬਣਾਉਣਾ ਚਾਹੁੰਦਾ ਹੈ ਤੇ ਮਾਨ ਹਾਥੀ ਨੂੰ ਵੀ ਬੜਾ ਤਾਕਤ ਕਿਉਂਕਿ ਬੜਾ ਤਕੜਾ ਜਾਨਵਰ ਹੈ ਚੋਪਾਇਆ ਜਦੋਂ ਜੋਰ ਨਾ ਚੱਲਿਆ ਨਾ ਤੇ ਹਾਥੀ ਨੂੰ ਦੇਵ ਨੇਤ ਨਾਲ ਸੋਜੀ ਆਈ ਵੀ ਜਿਸ ਨੇ ਤੰਦੂਆ ਬਣਾਇਆ ਹੈ ਉਹਨੂੰ ਯਾਦ ਕਰਨਾ ਪਵੇਗਾ ਵੀ ਇੱਥੇ ਕੋਈ ਹੋਰ ਵੀ ਹੈ ਮੈਨੂੰ ਮਾਨ ਹੈ ਆਪਣੇ ਆਪ ਤੇ ਵੀ ਬੜਾ ਅਸਮਤੀਆ ਇਹ ਤੰਦੂਆ ਮੇਰੇ ਨਾਲੋਂ ਤਾਕਤਵਰ ਹੈ ਇਹਦਾ ਵੀ ਕੋਈ ਮਾਲਕ ਹੋਵੇਗਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਦੋਂ ਗਜਿੰਦਰ ਦੇ ਮਨ ਵਿੱਚ ਉਸ ਅਕਾਲ ਪੁਰਖ ਦਾ ਖਿਆਲ ਆਇਆ ਮੈਂ ਛੱਡ ਦਿੱਤੀ ਨਿਜ ਬਲ ਛੱਡ ਕੇ ਪ੍ਰਭ ਬਲ ਦੇ ਆਸਰੇ ਜਦੋਂ ਹੋਇਆ ਗਜ ਇੰਦਰ ਧਿਆਇਓ ਹਰ ਕੀਓ ਮੋਖ ਉਹ ਪਰਮਾਤਮਾ ਦੀ ਐਸੀ ਮਿਹਰ ਹੋਈ ਉਹ ਜਿਹੜਾ ਮਗਰਮੱਛ ਸੀ ਉਹਨੇ ਜਵਾੜਾ ਖੋਲ ਦਿੱਤਾ ਤੇ ਇਹ ਦੌੜ ਉੱਠਿਆ ਉੱਥੋਂ ਬਚਾ ਹੋ ਗਿਆ ਹਾਥੀ ਦਾ ਕਹਿੰਦੇ ਗਜ ਦਾ ਉਦਾਰ ਹੋ ਗਿਆ ਗਜ ਨੂੰ ਨਜ਼ਾਤ ਮਿਲ ਗਈ ਵੈਨ ਦਾ ਐਲੀਫੈਂਟ ਮੈਡੀਟੇਟਿਡ ਔਨ ਦਾ ਨੇਮ ਆਫ ਦਾ ਲਾਰਡ ਹੀ ਵਾਸ ਸੇਵਡ ਬਚਾ ਹੋਇਆ ਹਾਤੀ ਦਾ ਅਜਾਮਲ ਪਾਪੀ ਦਾ ਬਚਾ ਹੋਇਆ ਤੀਸਰੀ ਉਦਾਹਰਣ ਲਈ ਹੈ ਗਨਕਾ ਦੀ ਕੰਚਨੀ ਨੂੰ ਵੇਸਵਾ ਨੂੰ ਕਹਿੰਦੇ ਨੇ ਗਨਕਾ ਗਨਕਾ ਕੋਈ ਨਾਮ ਨਹੀਂ ਹੈ ਵੇਸਵਾ ਨੂੰ ਕਿਹਾ ਜਾਂਦਾ ਹੈ ਹੁਣ ਇੱਕ ਵੇਸਵਾ ਹੈ ਉਸ ਨੂੰ ਕੋਈ ਸਾਧੂ ਮਿਲਿਆ ਤੇ ਉਹਨੇ ਇਹ ਕਿ ਤੋਤਾ ਦੇ ਦਿੱਤਾ ਤੇ ਤੋਤਿਆਂ ਦਾ ਸੁਭਾਅ ਹੈ ਜੋ ਸਖਾਓ ਉਸੇ ਤਰ੍ਹਾਂ ਹੀ ਬੋਲਦੇ ਨੇ ਤੋਤੇ ਨੂੰ ਰਾਮ ਕਹਿੰਦੀ ਹੈ ਨਾਰਾਇਣ ਕਹਿੰਦੀ ਹੈ ਹਰ ਕਹਿੰਦੀ ਹੈ ਉਹ ਤੋਤਾ ਵੀ ਅੱਗੋਂ ਦੁਹਰਾਉਂਦਾ ਹੈ ਤੇ ਉਹ ਤੋਤੇ ਨੂੰ ਜਪਾਉਂਦਿਆਂ ਜਪਾਉਂਦਿਆਂ ਉਹ ਆਪ ਜਪਣ ਲੱਗ ਪਈ ਮਹਾਰਾਜ ਕਹਿੰਦੇ ਸਮਾਂ ਆਇਆ ਮੌਤ ਨੇ ਜਦੋਂ ਵਾਰ ਕੀਤਾ ਗਣਕਾ ਦੇ ਮੂੰਹੋਂ ਰਾਮ ਨਿਕਲਦਾ ਹੈ ਗਣਕਾ ਉਦਰੀ ਹਰ ਕਹ ਤੋਤ ਤੋਤੇ ਨੂੰ ਹਰੀ ਹਰੀ ਜਪਾਉਂਦੀ ਗਣਕਾ ਦਾ ਉਧਾਰ ਹੋ ਗਿਆ ਨਾਮ ਦੇ ਵਿੱਚ ਐਸੀ ਬਰਕਤ ਹੈ ਸ਼ੀ ਵਾਸ ਅ ਪ੍ਰੋਸਟੀਟਿਊਟ ਇੱਕ ਵੇਸਵਾ ਹੈ ਔਰ ਮੰਦ ਕਰਮੀ ਹੁੰਦੀ ਹੈ ਆਪਾਂ ਸਾਰੇ ਜਾਣਦੇ ਆ ਇੱਕ ਘਰ ਵਿੱਚ ਬੈਠੀ ਮਾਤਾ ਕੋਈ ਧੀ ਪੈਣ ਉਹਦਾ ਇੱਕ ਵੱਖਰਾ ਰਤਬਾ ਹੈ ਦੁਨੀਆ ਤੇ ਉਹਦਾ ਅਦਬ ਹੈ ਸਤਕਾਰ ਹੈ ਜੋ ਜਾਤ ਸੱਤ ਵਿੱਚ ਪਰਪੱਕ ਹੈ ਤੇ ਜਿਹੜੇ ਆਪਣਾ ਜਿਸਮ ਵੇਚਦੇ ਨੇ ਉਹਨਾਂ ਦਾ ਅਦਬ ਨਾ ਕਿਸੇ ਧਰਮ ਦੇ ਵਿੱਚ ਹੈ ਨਾ ਕਿਸੇ ਸਮਾਜ ਦੇ ਵਿੱਚ ਹੈ ਸੋ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦਾ ਨਾਮ ਜਪ ਕੇ ਗਨਕਾ ਦਾ ਵੀ ਉਦਾਰ ਹੋ ਗਿਆ ਇਉਂ ਕੁਝ ਉਦਾਹਰਨਾ ਦਿੱਤੀਆਂ ਨੇ ਪਾਤਸ਼ਾਹ ਨੇ ਜੋ ਪਤਿਤ ਪਵਿੱਤਰ ਹੋ ਗਏ ਅਗੇ ਲਬਜ਼ ਵਰਤਿਆ ਹੈ ਪਤਤ ਤੋਂ ਬਾਦ ਉਦਾਹਰਣ ਦਾ ਮਤਲਬ ਹੁੰਦਾ ਹੈ ਉਪਰਾਮ ਕਰ ਦੇਣਾ ਰੋਗਾਂ ਸ਼ੋਗਾਂ ਤੋਂ ਉੱਪਰ ਉਠਾ ਲੈਣਾ 84 ਲੱਖ ਦੇ ਗੇੜ ਤੋਂ ਬਾਹਰ ਕੱਢ ਲੈਣਾ ਪਾਪ ਕਰਮ ਤੋਂ ਬਚਾ ਕੇ ਧਰਮ ਦੇ ਧਾਰਨੇ ਵਾਲਾ ਬਣਾ ਦੇਣਾ ਸੋ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਉਹ ਜਿਹੜਾ ਪਰਮ ਈਸ਼ਵਰ ਹੈ ਉਹ ਪਾਪੀਆਂ ਨੂੰ ਉਧਾਰਨ ਵਾਲਾ ਹੈ ਉਹ ਪਾਪੀਆਂ ਨੂੰ ਨਿਜ਼ਾਤ ਦਿਵਾਉਣ ਵਾਲਾ ਹੈ ਫਿਰ ਨਾਲ ਮਹਾਰਾਜ ਨੇ ਇੱਕ ਗੱਲ ਇਹ ਹੀ ਕਹੀ ਹੈ ਕਹਿੰਦੇ ਇਸ ਗੱਲ ਦਾ ਖਿਆਲ ਰੱਖਿਓ ਉਹਦਾ ਇਹ ਮੁੱਢ ਕਦੀਮੀ ਮਿਰਦ ਹੈ ਜਿਹੜਾ ਉਹਦਾ ਨਾਮ ਜਪਦਾ ਹੈ ਉਹਦੀ ਉਹ ਰੱਖਿਆ ਕਰਦਾ ਹੈ ਉਹ ਨੂੰ ਉਹ ਉਧਾਰ ਲੈਂਦਾ ਹੈ ਉਹ ਨੂੰ ਉਹ ਆਪਣੇ ਨਾਮ ਦੇ ਆਸਰੇ ਕਰਕੇ ਭਵ ਸਾਗਰ ਤੋਂ ਪਾਰ ਲੈ ਜਾਂਦਾ ਹੈ ਭਗਤਾ ਨੇ ਤੇ ਇਥੋਂ ਤੱਕ ਕਿਹਾ ਹੈ ਵੀ ਜੇ ਅਸੀਂ ਪਾਪ ਨਾ ਕਰਦੇ ਤੇ ਤੈਨੂੰ ਇਥੇ ਪਤਤ ਉਧਾਰਣ ਕੌਣ ਕਹਿੰਦਾ ਉਹ ਮਹਾਪੁਰਸ਼ ਕਹਿੰਦੇ ਨੇ ਜੋ ਪਏ ਹਮ ਨਾ ਪਾਪ ਕਰਨਤਾ ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ ਜੇ ਕੋ ਪਾਪ ਹੀ ਨਾ ਕਰਦਾ ਤੇ ਤੂੰ ਉਧਾਰ ਕਿਦਾ ਕਰਦਾ ਤੇ ਜੇ ਤੂੰ ਉਧਾਰ ਕਰਤਾ ਨਾ ਹੁੰਦਾ ਤੇ ਤੈਨੂੰ ਪਤਿਤ ਪਾਵਨ ਕੌਣ ਕਹਿੰਦਾ ਸੋ ਉਹਦਾ ਇੱਕ ਸੁਭਾਅ ਹੈ ਇਹ ਗਾਣਾ ਚੰਗੇਜੀ ਨੇ ਇੱਕ ਸ਼ਾਇਰ ਹੋਇਆ ਹੈ ਬਚਨ ਕਿਹਾ ਕਹਿੰਦਾ ਗੁਨਾਹ ਗਿਣ ਕੇ ਮੈਂ ਕਿਉਂ ਆਪਣੇ ਦਿਲ ਕੋ ਛੋਟਾ ਕਰੂੰ ਸੋਨਾ ਹੈ ਤੇਰੇ ਕਰਮ ਦਾ ਕੋਈ ਹਿਸਾਬ ਨਹੀਂ ਹੈ ਠੀਕ ਹੈ ਸਾਡੇ ਕੋਲੋਂ ਜਾਣੇਣ ਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਪਰ ਮਹਾਰਾਜ ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਕੋਈ ਗਲਤੀ ਕਰਦਾ ਹੈ ਤੇ ਫੇਰ ਹੀ ਤੂੰ ਪਤ ਤ ਉਦਾਹਰਣ ਅਖਵਾਉਣਾ ਹੈ ਇਹ ਨਹੀਂ ਵੀ ਆਪਾਂ ਨੂੰ ਗਲਤੀਆਂ ਕਰਨੀਆਂ ਚਾਹੀਦੀਆਂ ਨੇ ਜੇ ਗਲਤੀ ਹੋ ਜਾਵੇ ਅਕਾਲ ਪੁਰਖ ਦੇ ਗੀਤ ਗਾਓ ਦੇ ਨਾਮ ਵਿੱਚ ਪਛਾਤਾਪ ਕਰੋ ਅਗਾ ਤੋਂ ਉਹ ਸ਼ੁਭ ਕਰਮ ਕਰਵਾ ਲਵੇ ਇਹ ਅਰਦਾਸ ਕਰੋ ਪਰ ਜੇ ਚਿੰਤਾ ਵਿੱਚ ਉਤਰ ਜਾਓਗੇ ਡਿਪਰੈਸ਼ਨ ਵਿੱਚ ਚਲੇ ਜਾਓਗੇ ਤੇ ਇਹ ਚਿੰਤਾ ਜਿਖਾ ਸਮਾਨ ਹੈ ਖੋਰਾ ਖੋਜ ਤੁਹਾਡਾ ਮਿਟ ਜਾਵੇਗਾ ਕੋਈ ਫਾਇਦਾ ਇਹਦੇ ਨਾਲ ਹੋਣ ਵਾਲਾ ਨਹੀਂ ਹੈ ਸੋ ਉਹ ਜਿਹੜਾ ਪਰਮ ਈਸ਼ਵਰ ਹੈ ਕੋਟ ਪਤ ਉਦਾਰੇ ਕਿੰਮ ਹੈ ਕਰਤੇ ਬਾਰ ਨਾ ਲਾਗੈ ਰੇ ਦੀਨ ਦਰਦ ਦੁਖ ਭੰਜਨ ਸਵਾਮੀ ਜਿਸ ਭਾਵੈ ਤਸੈ ਨਿਵਾਜੇ ਰੇ ਸੋ ਕਰੋੜਾਂ ਦੇ ਪਾਪ ਹਰਨ ਵਾਲਾ ਹੈ ਪਵਿੱਤਰ ਕਰਨ ਵਾਲਾ ਹੈ ਸਾਖਤਾ ਨੂੰ ਸੰਤ ਬਣਾਉਣ ਵਾਲਾ ਹੈ ਕਰੋੜਾਂ ਦੇ ਦੁਖ ਭੰਜਨ ਕਰਨ ਵਾਲਾ ਹੈ ਪਰ ਰੋਗ ਸੋਗ ਦੁਖ ਕਲੇਸ਼ ਉਹਨਾਂ ਦੇ ਹਰੇਗਾ ਜਿਸ ਭਾਵੈ ਇਸ ਹੈ ਨਿਵਾਜੇਰੇ ਜਿਹੜੇ ਉਹਨੂੰ ਪਾ ਜਾਂਦੇ ਨੇ ਤੇ ਭਾਉਂਦੇ ਕੌਣ ਨੇ ਜਿਹੜੇ ਉਹਦੇ ਗੀਤ ਗਾਉਂਦੇ ਨੇ ਸੋ ਉਹਨਾਂ ਨੂੰ ਰੱਖਦਾ ਹੈ ਉਹ ਅੱਗੇ ਹੈ ਭੈ ਹਰਣ ਭੈ ਦਾ ਮਤਲਬ ਤੁਸੀਂ ਸਮਝਦੇ ਹੀ ਹੋ ਖੋਫ ਡਰ ਇਹ ਕਈ ਤਰ੍ਹਾਂ ਦੇ ਹੁੰਦੇ ਨੇ ਕਿਸੇ ਨੂੰ ਦੁਸ਼ਮਣ ਦਾ ਡਰ ਹੈ ਕਿਸੇ ਦੀ ਕੁਰਸੀਨਾ ਖਸ ਜਾਵੇ ਉਹਨੂੰ ਇਹ ਡਰ ਹੈ ਕਿਸੇ ਨੂੰ ਆਪਣੇ ਆਉਣ ਵਾਲੇ ਭੁੱਖ ਦਾ ਡਰ ਹੈ ਕਿਸੇ ਨੂੰ ਤਨ ਦੇ ਰੋਗਾਂ ਦਾ ਡਰ ਹੈ ਕਿਸੇ ਨੂੰ ਕਈ ਸੋਗ ਨੇ ਮਨ ਦੇ ਅੰਦਰ ਉਹਨਾਂ ਦਾ ਭੈ ਹੈ ਸੋ ਕੋਈ ਨਾ ਕੋਈ ਡਰ ਆਪਣੇ ਅੰਦਰ ਟਿਕਿਆ ਰਹਿੰਦਾ ਹੈ ਜੇ ਹੋਰ ਕੋਈ ਦੁਨਿਆਵੀ ਡਰ ਨਹੀਂ ਤੇ ਮੌਤ ਦਾ ਡਰ ਤੇ ਜ਼ਰੂਰ ਰਹਿੰਦਾ ਹੈ ਕਹਿੰਦੇ ਆਇਆ ਕਾਲਪੁਰਖ ਭੈ ਹਰਨ ਹਰਨ ਦਾ ਭਾਵ ਹੈ ਹਰ ਲੈਣਾ ਖੋਹ ਲੈਣਾ ਤੁਹਾਡਾ ਜਿਹੜੇ ਨਾਮ ਜਪਦੇ ਨੇ ਉਹਨਾਂ ਦਾ ਭੈ ਤੁਸੀਂ ਹਰ ਲੈਂਦੇ ਹੋ ਨਾਸ਼ ਕਰ ਦਿੰਦੇ ਹੋ ਮਿਟਾ ਦਿੰਦੇ ਹੋ ਖੁਰਾ ਖੋਜ ਮਿਟਾ ਦਿੰਦੇ ਹੋ ਸੋ ਮਹਾਰਾਜ ਆਖਣ ਲੱਗੇ ਭਗਤ ਵਸ਼ਲ ਭੈ ਕਾਟਣ ਹਾਰੇ ਹਉਮੈ ਮਾਰ ਮਿਲੇ ਪਗ ਧਾਰੇ ਜਿਹੜੇ ਅਹੰਕਾਰ ਨੂੰ ਛੱਡ ਕੇ ਨਿਰਮਾਣ ਹੋ ਕੇ ਅਕਾਲ ਪੁਰਖ ਦੇ ਚਰਨੀ ਪੈ ਜਾਂਦੇ ਨੇ ਗੁਰੂ ਪਰਮੇਸ਼ਰ ਦੇ ਚਰਨੀ ਪੈ ਜਾਂਦੇ ਨੇ ਕਹਿੰਦੇ ਉਹਨਾਂ ਦੇ ਜਿਹੜੇ ਭੈਅ ਨੇ ਜਿਹੜਾ ਉਹਨਾਂ ਦੇ ਅੰਦਰ ਖੌਫ ਹੈ ਕਿਸੇ ਵੀ ਪ੍ਰਕਾਰ ਦਾ ਹੋਵੇ ਪਰਮਾਤਮਾ ਨਜਾਤ ਦਵਾ ਦਿੰਦਾ ਹੈ ਪਰਮਾਤਮਾ ਮੁਕਤ ਕਰ ਦਿੰਦਾ ਹੈ ਪਰਮਾਤਮਾ ਭੈਅ ਹਰ ਲੈਂਦਾ ਹੈ ਸੋ ਮਹਾਰਾਜ ਪਾਤਸ਼ਾ ਅਗੇ ਲਬਜ਼ ਵਰਤਦੇ ਨੇ ਹਰ ਹਰ ਜਿਹੜਾ ਲਬਜ਼ ਹੈ ਉਹ ਆਉਂਦਾ ਹੈ ਹਰੀਵ ਧਾਤੂ ਤੋਂ ਬਣ ਕੇ ਉਹਦੇ ਲਈ ਜੋ ਤੁਹਾਡੇ ਪਾਪ ਹਰੇਗਾ ਖੋ ਲਵੇਗਾ ਰੋਗ ਹਰੇਗਾ ਚਿੰਤਾਵਾਂ ਹਰੇਗਾ ਅਗਿਆਨ ਹਰੇਗਾ ਹਰ ਲਬਜ਼ ਪਰਮੇਸ਼ਵਰ ਲਈ ਆਇਆ ਹੈ ਜੋ ਹਰਿਆਂ ਭਰਿਆਂ ਰੱਖਦਾ ਹੈ ਜੇ ਤੁਰੇ ਫਿਰਦੇ ਹੋ ਨਾ ਨਦਰ ਚੱਲ ਰਹੀ ਐ ਕਦਮ ਚੱਲ ਰਹੇ ਨੇ ਇਹ ਹਰਿਆਵਲ ਇੰਦਰੀਆ ਨੂੰ ਪਰਮਾਤਮਾ ਦੀ ਬਖਸ਼ੀ ਐ ਸਵਾਸ ਖਿੱਚ ਲਵੇ ਤੇ ਸਾਰੇ ਇੰਦਰੇ ਮਿੱਟੀ ਹੋ ਜਾਂਦੇ ਨੇ ਫਿਰ ਉਸ ਹਰਿਆ ਭਰਿਆ ਕਰਨ ਵਾਲੇ ਦਾ ਸੁਭਾਅ ਐ ਉਹ ਜਿਹੜੇ ਅਨਾਥ ਨੇ ਨਾ ਅਨਾਥਾਂ ਦਾ ਉਹ ਨਾਥ ਐ ਅਨਾਥ ਕਹਿੰਦੇ ਨੇ ਜੋ ਦੀਨ ਐ ਜੋ ਮੁਹਤਾਜ ਐ ਜੇਦੇ ਕੋਈ ਸਿਰ ਦਾ ਸਾਈਂ ਨਹੀਂ ਹੈ ਮਹਾਰਾਜ ਕਹਿੰਦੇ ਨੇ ਜਿਤਨੇ ਵੀ ਦੁਨੀਆ ਤੇ ਅਨਾਥ ਨੇ ਜੇ ਉਹ ਦੀਨਤਾ ਧਾਰ ਕੇ ਅਕਾਲ ਪੁਰਖ ਦੇ ਨਾਮ ਨੂੰ ਜਪਣ ਉਹਨਾਂ ਦਾ 나ਥ ਬਣ ਜਾਂਦਾ ਹੈ ਸ਼ਰੀਮਾਨ ਹੋ ਜਾਂਦਾ ਹੈ ਸ਼ਰੋਮਣੀ ਹੋ ਜਾਂਦਾ ਹੈ ਖਸਮ ਬਣ ਜਾਂਦਾ ਹੈ ਉਹਨਾਂ ਦੇ ਸਿਰ ਦਾ ਸਾਈਂ ਹੋ ਜਾਂਦਾ ਹੈ ਭਰਤਾ ਹੋ ਜਾਂਦਾ ਹੈ ਪਤੀ ਬਣ ਜਾਂਦਾ ਹੈ ਉਹਨਾਂ ਦਾ ਤੇ ਪਤੀ ਦਾ ਬਿਰਧ ਹੁੰਦਾ ਆਪਣੀ ਇਸਤਰੀ ਦੀ ਰੱਖਿਆ ਕਰਨੀ ਸੋ ਜਗਿਆਸੂ ਰੂਪ ਇਸਤਰੀਆਂ ਦੀ ਉਹ ਰੱਖਿਆ ਕਰਦਾ ਹੈ ਸੋ ਉਹਦੀ ਸ਼ਰਨ ਆਉਣਾ ਪੈਂਦਾ ਹੈ ਉਹ ਸਾਰਿਆਂ ਦਾ ਸੁਆਮੀ ਹੈ ਮਾਲਕ ਹੈ ਵੈਸੇ 나ਥ ਲਬਜ਼ ਜੋਗੀ ਜਨਾਂ ਲਈ ਵੀ ਆਇਆ ਹੈ ਜਿਹੜੇ ਨੌ ਨਾਥ ਨੇ ਉਹ ਗੋਰਖ ਨਾਥ ਜੀ ਨੇ ਮਛੰਦਰ ਨਾਥ ਜੀ ਨੇ ਚਰਪਟ ਨਾਥ ਜੀ ਨੇ ਉਹਨਾਂ ਲਈ ਵੀ ਆਇਆ ਪਰ ਇੱਥੇ ਨਾਥ ਦਾ ਮਤਲਬ ਹੈ ਜਿਨੇ ਨਥ ਪਾਈ ਹੈ ਸਾਰੀ ਦੁਨੀਆ ਨੂੰ ਤੇ ਜਦੋਂ ਨਥ ਪਾਈਏ ਪਸ਼ੂ ਨੂੰ ਤੇ ਉਹ ਮਾਲਕ ਦੇ ਕਹਣੇ ਵਿੱਚ ਹੋ ਜਾਂਦਾ ਹੈ ਨਾ ਜਿਨੇ 나ਥੀ ਹੋਈ ਹੈ ਦੁਨੀਆ ਸਾਰੀ ਜਿਹਦੇ ਹੁਕਮ ਵਿੱਚ ਦੁਨੀਆ ਨੂੰ ਚੱਲਣਾ ਪੈਂਦਾ ਹੈ ਜੋ ਸਾਰਿਆਂ ਦਾ ਖਸਮ ਹੈ ਅਕਾਲ ਪੁਰਖ ਦੀਨਾ ਨਾਥ ਅਨਾਥ ਕਰੂਣਾ ਮਇ ਸਾਜਨ ਮੀਤ ਪਿਤਾ ਮਹਤਰੀਆ ਉਹ ਐਸਾ ਨਾਥ ਹੈ ਮਾਈ ਬਾਪ ਵਾਂਗੂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦਾ ਹੈ ਆਪਣੇ ਭਗਤਾਂ ਦੀ ਦੇਖਭਾਲ ਕਰਦਾ ਹੈ ਕਲਗੀਧਰ ਪਾਤਸ਼ਾਹ ਨੇ ਵੀ ਇੱਕ ਗੱਲ ਕਹੀ ਕਹਿੰਦੇ ਉਹਦੇ ਦਰ ਤੇ ਦੀਨ ਹੋ ਕੇ ਆਓ ਪਰਸ਼ੀਅੰਦੇ ਜ਼ਫਰਨਾਮੇ ਦੇ ਬੋਲ ਨੇ ਕਿ ਸਾਹਿਬ ਸ਼ੌਰਸਤ ਆਜ਼ਿਜ਼ ਨਿਵਾਜ਼ ਗਰੀਬੁਲ ਪਰਸਤੋ ਗਨੀਮੁਲ ਗੋਦਾਸ ਕਹਿੰਦੇ ਜੋ ਗਰੀਬੀ ਧਾਰ ਕੇ ਦੀਨ ਹੋ ਕੇ ਉਹਦੇ ਚਰਣਾ ਵਿੱਚ ਆਉਂਦਾ ਹੈ ਉਹਨਾਂ ਦੀ ਰੱਖਿਆ ਕਰਦਾ ਹੈ ਤੇ ਜਿਹੜੇ ਗਨੀਮ ਬਣ ਕੇ ਆਉਂਦੇ ਨੇ ਦੁਸ਼ਮਣ ਬਣ ਕੇ ਉਹਨਾਂ ਨੂੰ ਗਾਲ ਕੇ ਸੁੱਟ ਦਿੰਦਾ ਹੈ ਉਹਨਾਂ ਦਾ ਖੁਰਾ ਖੋਜ ਮਿਟਾ ਦਿੰਦਾ ਹੈ ਭਾਵੇਂ ਇਹ ਹੈ ਵੀ ਪਰਮੇਸ਼ਵਰ ਦੀਆਂ ਬਖਸ਼ਿਸ਼ਾਂ ਚਾਹੀਦੀਆਂ ਨੇ ਦੀਨ ਹੋ ਕੇ ਆਓ ਨਿਰਮਾਨ ਹੋ ਕੇ ਆਓ ਨਿਮਰਤਾ ਧਾਰ ਕੇ ਆਓ ਔਰ ਹੁਣ ਨਾトゥ ਦੀ ਇੱਕ ਹੋਰ ਨਿਸ਼ਾਨੀ ਹੈ Swami ਦੀ ਇੱਕ ਹੋਰ ਨਿਸ਼ਾਨੀ ਹੈ ਆਪਣੇ ਸੇਵਕ ਦੀ ਹਰ ਇੱਛਾ ਪੂਰੀ ਕਰਦਾ ਹੈ ਮਾਲ ਕੋਈ ਹੁੰਦਾ ਨਾ ਖਸਮ ਕੋਈ ਹੁੰਦਾ ਜੋ ਇੱਛਾ ਪੂਰੀ ਕਰੇ ਜਿਹੜਾ ਇੱਛਾ ਨਾ ਪੂਰੀ ਕਰ ਸਕਿਓ ਤੇ ਨਾਮ ਦਾ ਹੀ Swami ਹੈ ਪੱਲੇ ਤਾਂ ਕੁਝ ਨਹੀਂ ਨਾ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਲੱਖਾਂ ਦੀ ਗਿਣਤੀ ਚਾਹੁੰਦੇ ਹੋ ਕੁਝ ਝੋਲੀ ਪੈਂਦਾ ਹੈ ਤੇ ਆਉਂਦੇ ਹੋ ਜੇ ਕੁਝ ਮਿਲਦਾ ਨਾ ਹੋਵੇ ਤੇ ਇੱਥੇ ਤੇ ਸਨਸ਼ਾਈ ਹੋਵੇ 99% ਦੀ ਆਪਾਂ ਮਤਲਬ ਦੇ ਵੱਜੇ ਆਉਨੇ ਆ ਕੋਈ ਦੋ ਰਹਿ ਨਹੀਂ ਹੈ ਕੋਈ 1% ਦੀ ਨੇ ਜਿਹੜੇ ਸ਼ੁਕਰਾਨਾ ਕਰਨ ਆਉਂਦੇ ਨੇ ਵੀ ਬਾਪੂ ਬੜਾ ਕੁਝ ਦਿੱਤਾ ਔਕਾਦ ਨਾਲੋਂ ਵੱਧ ਕੇ ਜਿਆਦੇ ਦੇ ਇਸੇ ਕਮੀ ਆਉਂਦੇ ਨੇ ਵੀ ਇਹ ਵੀ ਚਾਹੀਦਾ ਹੈ ਉਹ ਵੀ ਚਾਹੀਦਾ ਹੈ ਤੇ ਜੇ ਉਹ ਦਿੰਦਾ ਹੈ ਤੇ ਤਾਂ ਹੀ ਇੱਥੇ ਕਤਾਰ ਲੱਗਦੀ ਹੈ ਝੋਲੀਆਂ ਅੱਡ ਕੇ ਖੜ ਜਾਂਦੇ ਹੋ ਤੁਸੀਂ ਉਹਦਾ ਸੁਭਾਅ ਐਸਾ ਹੈ ਪਰ ਇੱਕ ਫਰਕ ਹੈ ਅਸੀਂ ਪਦਾਰਥ ਮੰਗਦੇ ਆਂ ਜੀਵਨ ਗੁਜ਼ਾਰ ਲੈਂਦੇ ਆਂ ਜੋ ਇੱਕ ਨਾ ਇੱਕ ਦਿਨ ਮੁੱਕਣੇ ਨੇ ਬਿਨ ਸਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਪਣੀਐ ਪਦਾਰਥ ਮੁੱਕਦੇ ਨੇ ਸਾਧੂ ਜਨ ਦੇ ਦਰ ਤੇ ਆਉਂਦੇ ਨੇ ਨਾਥ ਸਮਝ ਕੇ ਸੁਆਮੀ ਸਮਝ ਕੇ ਐ ਪਰਮ ਈਸ਼ਵਰ ਤੇਰਾ ਨਾਮ ਸਾਨੂੰ ਮਿਲ ਜਾਵੇ ਤੇਰੇ ਦਰਸ਼ਨ ਸਾਨੂੰ ਹਾਸਲ ਹੋ ਜਾਣ ਹਰ ਦੇ ਵਿੱਚੋਂ ਤੂੰ ਪ੍ਰਗਟ ਹੋ ਜਾਵੇਂ ਤੇ ਜਿੱਥੇ ਤੂੰ ਆ ਜਾਣਾ ਹੈ ਉੱਥੇ ਦੌਲਤਾਂ ਸ਼ੌਰਤਾਂ ਪਦਾਰਥ ਨਾਲ ਹੀ ਵਸ ਜਾਂਦੇ ਨੇ ਕਿਹਦਾ ਤੁਸੀਂ ਬਾਜ਼ਾਰ ਚੋਂ ਫਲ ਖਰੀਦਦੇ ਹੋ ਤੇ ਕਿਹਦਾ ਤੁਸੀਂ ਘਰ ਵਿੱਚ ਹੀ ਕੋਈ ਅੰਬਾਂ ਦਾ ਬੂਟਾ ਲਾ ਲੈਂਦੇ ਹੋ ਫਰਕ ਬੜਾ ਹੈ ਹੁਣ ਤੁਹਾਨੂੰ ਕਿਧਰੇ ਵੀ ਝੋਲੀ ਢੰਡ ਦੀ ਲੋੜ ਨਹੀਂ ਸਭ ਕੁਝ ਤੁਹਾਡੇ ਘਰ ਵਿੱਚ ਹੀ ਹੈ ਜਿੱਥੇ ਰਾਜਾ ਵੱਸਦਾ ਹੈ ਨਾ ਉੱਥੇ ਦੌਲਤਾਂ ਸ਼ੌਰਤਾਂ ਨਾਲ ਹੀ ਹੁੰਦੀਆਂ ਨੇ ਮੁਸ਼ਕਲ ਇਹ ਐ ਅਸੀਂ ਰਾਜੇ ਨੂੰ ਮੰਗਿਆ ਹੀ ਨਹੀਂ ਕਦੀ ਜਦੋਂ ਵੀ ਮੰਗਿਆ ਹੈ ਦੁੱਧ ਪੁੱਤ ਧੀਆਂ ਹੀ ਮੰਗੇ ਨੇ ਉਹ ਇੱਕ ਨਾ ਇੱਕ ਦਿਨ ਇਹ ਜੋ ਸਾਡੀਆਂ ਮੰਗਾ ਨੇ ਜੋ ਕੁਝ ਸਾਨੂੰ ਹਾਸਲ ਹੋਇਆ ਹੈ ਉਹ ਖਜ਼ਾਨੇ ਮੁੱਕ ਜਾਂਦੇ ਨੇ ਫਿਰ ਤਰਲੇ ਲੈਂਦੇ ਆ ਇੱਕ ਸ਼ਾਇਰ ਨੇ ਵਚਨ ਕਿਹਾ ਸੀ ਉਹ ਆਖਣ ਲੱਗਾ ਗਿਰਤੇ ਰਹੇ ਸਜਦੋਂ ਮੇਂ ਹਮ ਆਪਣੀ ਹੀ ਹਸਰਤੋਂ ਕੀ ਖਾਤਰ ਗਿਰਤੇ ਰਹੇ ਸਜਦੋਂ ਮੇ ਹਮ ਆਪਣੀ ਹੀ ਹਸਰਤੋਂ ਕੀ ਖਾਤਰ ਅਗਰ ਇਸ਼ਕੇ ਖੁਦਾ ਮੇ ਗਰੇ ਹੋਤੇ ਤੋ ਕੋਈ ਹਸਰਤ ਅਧੂਰੀ ਨਾ ਹੋਤੀ ਆਪਣੀਆਂ ਮੰਗਾਂ ਦੇ ਲਈ ਸਜਦਾ ਕਰਦੇ ਰਹੇ ਸਜਦਾ ਕੀ ਹੈ ਸਿਰ ਨਿਵਾਉਣਾ ਸਿਰ ਝੁਕਾਉਣਾ ਅਰਬੀ ਦਾ ਲਬਜ਼ ਹੈ ਹਸਰਤ ਵੀ ਅਰਬੀ ਦਾ ਲਬਜ਼ ਹੈ ਹਸਰਤ ਦਾ ਭਾਵ ਹੁੰਦਾ ਹੈ ਅਰਮਾਨ ਮਨ ਦੇ ਮਨੋਰਥ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਲਈ ਖੁਦਾ ਨੂੰ ਸਜਦੇ ਕਰਦੇ ਰਹੇ ਉਹ ਜੋ ਮੰਗਿਆ ਮਿਲ ਗਿਆ ਉਹ ਮੁੱਕ ਗਿਆ ਤੇ ਜੇ ਖੁਦਾ ਨਾਲ ਇਸ਼ਕ ਕੀਤਾ ਹੁੰਦਾ ਖੁਦਾ ਮੰਗਿਆ ਹੁੰਦਾ ਤੇ ਫਿਰ ਕਦੇ ਵੀ ਟੋਟ ਨਾ ਆਉਂਦੀ ਉਹ ਮਾਲਕ ਤੇ ਮੰਗਿਆ ਹੀ ਨਹੀਂ ਮੰਗਿਆ ਹੀ ਦਾਤਾ ਨੇ ਜਿਨ੍ਹਾਂ ਮਾਲਕ ਮੰਗਿਆ ਨਾ ਨਉ ਨਿਧ ਤੇਰੇ ਸਗਲ ਨਿਧਾਨ ਇੱਛਾ ਪੂਰਕ ਰਖੈ ਨਿਧਾਨ ਜਿਨ੍ਹਾਂ ਉਹਦਾ ਨਾਮ ਮੰਗਿਆ ਹੈ ਨਾਮ ਜਪਿਆ ਹੈ ਜੋ ਨਿਧੀਆਂ ਦਾ ਖਜ਼ਾਨਾ ਹੈ ਉਹਨਾਂ ਦੀ ਹਰ ਇੱਛਾ ਪੂਰੀ ਹੋ ਗਈ ਜਿਨ੍ਹਾਂ ਦੇ ਅੰਦਰੋਂ ਰਿੱਧੀਆਂ ਦਾ ਖਜ਼ਾਨਾ ਖੁਦਾਇਆ ਪ੍ਰਗਟ ਹੋ ਗਿਆ ਉਹਨਾਂ ਨੂੰ ਕਿਦਰੇ ਝੋਲੀ ਨਾ ਅਡਣੀ ਪਈ ਪਦਾਰਥ ਵੀ ਨਾਲ ਹੀ ਆ ਗਏ ਜਿਵੇਂ ਬਾਣੀ ਚਾਉਂਦਾ ਐ ਨਾ ਤੂੰ ਮੇਰੋ ਪਿਆਰੋ ਤਾ ਕੈਸੀ ਭੁਖਾ ਤੂੰ ਮਨ ਵਸਿਆ ਲਗੈ ਨਾ ਦੁਖਾ ਤੂੰ ਮੇਰਾ ਪਿਆਰਾ ਮਾਲਕ ਐ ਖਸਮ ਐ नाथ ਐ ਸੁਆਮੀ ਐ ਤੇ ਜਿਹਨੂੰ ਤੂੰ ਸੁਆਮੀ ਹੋ ਕੇ ਮਿਲ ਗਿਆ ਉਹਨੂੰ ਕੋਈ ਭੁੱਖ ਨਾ ਰਹੀ ਉਹਨੂੰ ਕੋਈ ਦੁਖ ਨਾ ਰਿਆ ਸੋ ਮਹਾਰਾਜ ਪਾਤਸ਼ਾਹ ਇੱਥੇ ਹੀ ਸਮਝਾਉਂਦੇ ਨੇ ਦੀਨਾ नाथ ਦਿਆਲ ਦੇਵ ਪਤਤ ਉਦਾਹਰਨ ਹਾਰ ਆਦ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਉਹ ਮੁਢਕਦੀਮੀ ਦੀਨਾਂ ਤੇ ਦਇਆ ਕਰਦਾ ਆਇਆ ਹੈ ਤੇ ਕਰਦਾ ਰਹੇਗਾ ਅਨਾਥਾਂ ਦਾ ਉਹ 나ਥ ਹੈ ਆਦ ਵਿੱਚ ਵੀ ਸੀ ਪ੍ਰੈਜੈਂਟ ਵਿੱਚ ਵੀ ਹੈ ਅਸੀਂ ਰਹੀਏ ਜਾਂ ਨਾ ਰਹੀਏ ਉਹ ਰਵੇਗਾ ਤੇ ਉਹਦਾ ਸੁਭਾਅ ਹੀ ਇਹੀ ਰਹੇਗਾ ਜੇ ਦੀਨ ਹੋ ਕੇ ਆਓਗੇ ਤੇ ਝੋਲੀਆਂ ਭਰੇਗਾ ਤੇ ਜੇ ਅਹੰਕਾਰ ਨਾਲ ਆਓਗੇ ਤੇ ਫਿਰ ਉਹ ਗਾਲ ਕੇ ਛੁੱਟ ਦਵੇਗਾ ਗਾਨੀ ਮੁਲ ਗੋਦਾਸ ਸੋ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਉਹ ਪਰਮਾਤਮਾ ਪਾਪੀਆਂ ਨੂੰ ਪਾਕ ਕਰਦਾ ਹੈ ਭੈ ਦੇ ਹਰਣ ਵਾਲਾ ਹੈ ਹਰ ਪ੍ਰਕਾਰ ਦਾ ਡਰ ਮੁਕੇਗਾ ਖੋਫ ਮੁਕੇਗਾ ਉਹਦਾ ਨਾਮ ਜਪੋਗੇ ਦੁੱਖਾਂ ਨੂੰ ਹਰ ਲਵੇਗਾ ਸੁੱਖਾਂ ਨਾਲ ਝੋਲੀ ਭਰ ਦਵੇਗਾ ਹੁਣ ਪੁੱਛੋ ਮਹਾਰਾਜ ਉਹ ਦੀਨਾ ਨਾਥ ਰਹਿੰਦਾ ਕਿੱਥੇ ਐ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਹੋ ਨਾਨਕ ਤਿਹ ਜਾਣੀਐ ਸਦਾ ਬਸਤ ਤੁਮ ਸਾਥ ਮਹਾਰਾਜ ਆਖਣ ਲੱਗੇ ਜਿਹੜਾ ਪ੍ਰਮਾਤਮਾ ਐ ਨਾ ਤਿਹ ਤਿਹ ਲਬਜ਼ ਐ ਤੇਸ ਲਈ ਉਹ ਤੇਰੇ ਨਾਲ ਹੀ ਵਸਦਾ ਹੈ ਬਸਤ ਲਬਜ ਵਸਣ ਤਾਂ ਹੀ ਆਇਆ ਹੈ ਜਿਹੜਾ ਬਸਤ ਲਬਜ ਹੈ ਨਾ ਪਰਸ਼ੀਅਨ ਵਿੱਚ ਇਹਦਾ ਮਤਲਬ ਹੁੰਦਾ ਜੋ ਵੱਜਾ ਹੋਇਆ ਹੈ ਭਾਵੇਂ ਤੇਰੇ ਨਾਲ ਹੀ ਵੱਜਾ ਹੈ ਇਹ ਜਿਹੜੀ ਜੋਤ ਹੈ ਤੇਰੇ ਵਿੱਚ ਉਹਦੀ ਅਗੰਮੀ ਜੋਤ ਹੈ ਅੱਛਾ ਜਿਹੜਾ ਬਸਤ ਲਬਜ ਹੈ ਨਾ ਉਹ ਅਗਰ ਤੁਸੀਂ ਧਿਆਨ ਮਾਰੋ ਕੋਸ਼ ਪੜੋ ਤੇ ਗੱਠ ਲਈ ਵੀ ਆਉਂਦਾ ਹੈ ਗੰਡ ਲਈ ਵੀ ਆਉਂਦਾ ਹੈ ਗ੍ਰੰਥ ਲਈ ਵੀ ਆਉਂਦਾ ਹੈ ਜਿਵੇਂ ਕਈ ਮਸਮੂਨ ਗ੍ਰੰਥ ਵਿੱਚ ਗੁੰਦੇ ਹੁੰਦੇ ਹੁੰਦੇ ਨੇ ਨਾ ਕਹਿੰਦੇ ਤੇਰੇ ਨਾਲ ਗੁੰਦਿਆ ਹੋਇਆ ਹੈ ਕਿਧਰੇ ਦੂਰ ਨਹੀਂ ਹੈ ਉਹ ਤੇਰੇ ਵਿੱਚ ਵਸਿਆ ਹੋਇਆ ਹੈ ਤੇਰੇ ਸਾਥ ਹੈ ਤੇਰੇ ਨਾਲ ਹੈ ਤੂੰ ਬਾਹਰ ਲੱਭਦਾ ਫਿਰਦਾ ਹੈ ਉਹ ਅੰਦਰ ਹੈ ਸਾਨੂੰ ਖੁਆਇਸ਼ ਹੀ ਪਦਾਰਥਾਂ ਦੀ ਹੈ ਉਹਨੂੰ ਲੱਭਣ ਦੀ ਖੁਆਇਸ਼ ਹੁੰਦੀ ਤੇ ਲੱਭ ਪੈਂਦਾ ਜੌਨ ਅਲੀਆ ਨੇ ਕਿਹਾ ਸੀ ਕਹਿੰਦਾ ਮੁਝ ਕੋ ਖੁਆਇਸ਼ ਹੀ ਢੂੰਡਨੇ ਕੀ ਨਾ ਥੀ ਮੁਝ ਕੋ ਖੁਆਇਸ਼ ਹੀ ਢੂੰਡਨੇ ਕੀ ਨਾ ਥੀ ਮੁਜ ਮੇਂ ਖੋਇਆ ਰਹਾ ਖੁਦਾ ਮੇਰਾ ਉਹ ਹਾਇਤੇ ਅੰਦਰ ਹੀ ਸੀ ਤੇ ਮੈਂ ਉਹਨੂੰ ਕਦੇ ਲੱਭਿਆ ਹੀ ਨਹੀਂ ਹੈ ਅੰਦਰ ਮੈਂ ਝਾਤ ਮਾਰੀ ਨਹੀਂ ਹੈ ਜਦੋਂ ਵੀ ਝਾਤ ਮਾਰੀ ਲੋਕਾਂ ਵਾਲੀ ਮਾਰੀ ਬਾਹਰ ਹੀ ਲੱਭਿਆ ਕਿਸੇ ਦੇ ਗੁਣ ਲੱਭ ਲਏ ਕਿਸੇ ਦੇ ਔਗਣ ਫਰੋਲ ਲਏ ਆਪਣੇ ਅੰਦਰ ਤੇ ਝਾਤ ਹੀ ਨਾ ਮਾਰੀ ਤੇ ਜੇ ਅੰਦਰ ਝਾਤ ਮਾਰੀ ਹੁੰਦੀ ਨਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਾਇਆ ਨਗਰ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰ ਨਰੰਕਾਰਾ ਇਹ ਕਾਇਆ ਨਗਰੀ ਹੈ ਇਹਦੇ ਅੰਦਰ ਪਰਮ ਈਸ਼ਵਰ ਵਸਦਾ ਹੈ ਜੋ ਨਿਰਭਉ ਹੈ ਜੋ ਕਿਸੇ ਨਾਲ ਵੈਰ ਨਹੀਂ ਰੱਖਦਾ ਤੇ ਖਾਸ ਉਹਦਾ ਕੋਈ ਆਕਾਰ ਵੀ ਨਹੀਂ ਹੈ ਨਿਰਆਕਾਰ ਹੈ ਉਹ ਉਹ ਅੰਦਰ ਵਸਦਾ ਸੀ ਹੁਣ ਉਹ ਗੁਰੂ ਦੀ ਕਿਰਪਾ ਤੋਂ ਬਿਨਾ ਲੱਭਦਾ ਨਹੀਂ ਹੈ ਹਰ ਨਿਕਟ ਬਸਤ ਕਛ ਨਦਰ ਨਾ ਆਵੇ ਹਰ ਲਾਦਾ ਗੁਰ ਵਿਚਾਰਾ ਗੁਰੂ ਦੀ ਕਿਰਪਾ ਹੋਵੇ ਤੇ ਉਹ ਲੱਭਦਾ ਹੈ ਉਹਦਾ ਨਜ਼ਰ ਹੀ ਨਹੀਂ ਆਉਂਦਾ ਉਹ ਉਹ ਅਗੋਚਰ ਹਸਤੀ ਹੈ ਦਾ ਲਾਡ ਇਜ਼ ਟਵੇਲਿੰਗ ਨੀਅਰ ਮਾਈ ਹੈਂਡ ਆ ਹੱਥ ਨੂੰ ਨੇੜੇ ਹੈ ਉਹ ਪਰ ਗੁਰੂ ਦੀ ਕਿਰਪਾ ਤੋਂ ਬਿਨਾ ਲੱਭਦਾ ਨਹੀਂ ਹੈ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬੜਾ پاک ਫੁਰਮਾਨ ਆਪਣੀਆਂ ਗ਼ਜ਼ਲਾਂ ਵਿੱਚ ਲਿਖਿਆ ਹੈ ਦਿਲ ਅਗਰ ਦਾਣਾ ਬਵਦ ਦਿਲ ਅਗਰ ਦਾਣਾ ਬਵਦ ਅੰਦਰ ਕਿਨਾਰ ਸ਼ਾਇਰ ਹਸਤ ਚਸ਼ਮ ਗਰ ਬੀਨਾ ਬਵਦ ਬਰ ਹਰ ਤਰਫ ਦੀਦਾਰ ਹਸਤ ਦਿਲ ਦਾਣਾ ਹੋ ਜਾਵੇ ਤੇ ਗੁਰੂ ਦੀ ਕਿਰਪਾ ਦੇ ਨਾਲ ਜੇਕਰ ਦਿਲ ਸਿਆਣਾ ਹੋ ਜਾਵੇ ਸਮਝਦਾਰ ਹੋ ਜਾਵੇ ਗਿਆਨवान ਹੋ ਜਾਵੇ ਸੂਝਵਾਨ ਹੋ ਜਾਵੇ ਤੇ ਜਿਹੜਾ ਖੁਦਾਆ ਹੈ ਨਾ ਉਹ ਕਹਿੰਦੇ ਅੰਦਰ ਵੀ ਹੈ ਉਹ ਜਿਹੜਾ ਪਰਮ ਈਸ਼ਵਰ ਹੈ ਕਿਨਾਰ ਵਿੱਚ ਵੀ ਹੈ ਭਾਵ ਉਹ ਬੁਕਲ ਵਿੱਚ ਹੀ ਹੈ ਉਹ ਦੂਰ ਨਹੀਂ ਹੈ ਉਹ ਬਗਲ ਵਿੱਚ ਹੀ ਹੈ ਉਹ ਹਰ ਜ਼ਰੇ ਦੇ ਵਿੱਚ ਸਮਾਇਆ ਹੈ ਜਿਨ੍ਹਾਂ ਨੂੰ ਪਿਆਰਾ ਲੱਗੇ ਉਹ ਪ੍ਰਗਟ ਕਰ ਲੈਂਦੇ ਨੇ ਅਈਸ਼ਾ ਪੀਨੰਦ ਲਾਲ ਕਹਿੰਦੇ ਨੇ ਚਸ਼ਮ ਚਸ਼ਮ ਲਬਜਾਉਂਦਾ ਹੈ ਅੱਖਾਂ ਦੇ ਲਈ ਅੱਗੇ ਉਹ ਕਹਿੰਦੇ ਨੇ ਗਰ ਗਰ ਦਾ ਮਤਲਬ ਹੁੰਦਾ ਜੇਕਰ ਅਗਰ ਬਿਨਾ ਕਿਹਾ ਹੈ ਵੇਖਣ ਵਾਲੀ ਨੂੰ ਜੇ ਤੇਰੀ ਅੱਖ ਵੇਖਣ ਵਾਲੀ ਹੋ ਗਈ ਤੇ ਖੁਦਾ ਤੈਨੂੰ ਹਰ ਸਰੇ ਚੋਂ ਦਿਖ ਪਵੇਗਾ ਸਦਾ ਬਸਤ ਤੁਮ ਸਾਤ ਤੈਨੂੰ ਹਰ ਜ਼ਰੇ ਚੋਂ ਨਜ਼ਰੀ ਆ ਜਾਵੇਗਾ ਹਰ ਜ਼ਰੇ ਚੋਂ ਉਹਦੇ ਦਿਦਾਰੇ ਹੋ ਜਾਣਗੇ ਹਰ ਦਿਸ਼ਾਵਲ ਤੈਨੂੰ ਉਹ ਪਰਮਾਤਮਾ ਹੀ ਦਿਖੇਗਾ ਹੁਣ ਮੁਸ਼ਕਲ ਇਹ ਹੈ ਵੀ ਅੱਖ ਵੇਖਣ ਵਾਲੀ ਉਦੋਂ ਹੋਵੇਗੀ ਜਦੋਂ ਅਕਾਲ ਪੁਰਖ ਦੇ ਸਰਗੁਣ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਣ ਆਓਗੇ ਤੇ ਜਿਹੜੇ ਉਹਦੀ ਸ਼ਰਣ ਆਉਂਦੇ ਨੇ ਬਾਣੀ ਦਾ ਫੁਰਮਾਨ ਹੈ ਅੰਤਰਜਾਮੀ ਸਦਾ ਸੰਗ ਕਰਣੈ ਹਾਰ ਪਛਾਨ ਮਨ ਕੀਆ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਉਹ ਅੰਤਰਜਾਮੀ ਹੈ ਇਸ ਲਈ ਕਿਉਂਕਿ ਤੁਹਾਡੇ ਅੰਦਰ ਵਸਦਾ ਹੈ ਤੁਹਾਡੇ ਅੰਦਰ ਦੀ ਜਾਣੇਗਾ ਹੀ ਨਾ ਉੱਥੇ ਵਸਦਾ ਜੂ ਜਿੱਥੇ ਤੁਸੀਂ ਰਹਿੰਦੇ ਹੋ ਤੁਹਾਨੂੰ ਉੱਥੋਂ ਦੀ ਖਬਰ ਹੁੰਦੀ ਹੈ ਤੇ ਉਹ ਜੋਤ ਬਣ ਕੇ ਸਮਾਇਆ ਹੈ ਉਹ ਅੰਦਰ ਦੀ ਜਾਣਦਾ ਹੈ ਮਹਾਰਾਜ ਕਹਿੰਦੇ ਸਦੀਵੀ ਨਾਲ ਤੁਸੀਂ ਉਹਨੂੰ ਭੁੱਲਦੇ ਹੋ ਉਹ ਤੁਹਾਨੂੰ ਭੁੱਲਦਾ ਨਹੀਂ ਹੈ ਤੁਹਾਨੂੰ ਛੱਡ ਕੇ ਕਿਧਰੇ ਨਹੀਂ ਜਾਂਦਾ ਤੇ ਜਿਹੜੇ ਉਹਦੇ ਗੀਤ ਗਾਉਂਦੇ ਨੇ ਨਾ ਚਾਹੇ ਸਰੀਰ ਮਿੱਟੀ ਵੀ ਹੋ ਜਾਵੇ ਉਹਨਾਂ ਦੇ ਨਾਲ ਤੇ ਫਿਰ ਪਰਲੋਕ ਤਾਈਂ ਜਾਂਦਾ ਹੈ ਮਹਾਰਾਜ ਪਾਤਸ਼ਾਹ ਇੱਕ ਗੱਲ ਕਹਿੰਦੇ ਨੇ ਅੰਦਰ ਦੀ ਜਾਣਣ ਵਾਲਾ ਸਦਾ ਨਾਲ ਹੈ ਉਹੀ ਕਰਤਾ ਹੈ ਉਹੀ ਕਰਨ ਵਾਲਾ ਹੈ ਉਹੀ ਖੁਸ਼ੀਆਂ ਬਖਸ਼ੇਗਾ ਤੈਨੂੰ ਜਿੰਦਗਾਮੀ ਤੇਰੇ ਮਨ ਦੀਆਂ ਇੱਛਾ ਨੇ ਸਭਨਾ ਦੀ ਪੂਰਤੀ ਕਰਨ ਵਾਲਾ ਉਹਦਾ ਨਾਮ ਹੈ ਕਿਉਂ ਨਾਮ ਹਾਸਲ ਹੋਣ ਦੇ ਨਾਲ ਸਭ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਕਹਿੰਦੇ ਨਾਮ ਨਿਧਾਨ ਹੈ ਨਾਮ ਖਜ਼ਾਨਾ ਹੈ ਤੇ ਖਜ਼ਾਨੇ ਚੋਂ ਸਭ ਵਸਤੂਆਂ ਹੀ ਮਿਲ ਜਾਂਦੀਆਂ ਨੇ ਸ਼ੋਹ ਮਹਾਰਾਜ ਕਹਿੰਦੇ ਨੇ ਜੇ ਉਹਦਾ ਤੂੰ ਨਾਮ ਜਪੇਗਾ ਉਹਦਾ ਡਿਜ਼ਾਇਰਸ ਆਫ ਦਾ ਮਾਈਂਡ ਵਿਲ ਬੀ ਫੁਲਫਿਲਡ ਤੇਰੀ ਹਰ ਸ਼ਾ ਪੂਰੀ ਹੋ ਜਾਵੇਗੀ ਉਹਨੂੰ ਮੰਗਿਆ ਕਰ ਉਹਨੂੰ ਯਾਦ ਕਰਿਆ ਕਰ ਉਹਦੇ ਗੀਤ ਗਾਇਆ ਕਰ ਉਹ ਸਾਰੀਆਂ ਇੱਛਾ ਪੂਰੀਆਂ ਕਰਦਾ ਹੈ ਔਰ ਰਹਿੰਦਾ ਹਰ ਸਰੇ ਵਿੱਚ ਹੈ ਅਸੀਂ ਇੱਥੇ ਭੁਲੇਖਾ ਖਾ ਜਾਂਦੇ ਹਾਂ ਅਸੀਂ ਸਮਝਦੇ ਹਾਂ ਵੀ ਸ਼ਾਇਦ ਉਹ ਕੱਲਾ ਮਸਜਿਦ ਵਿੱਚ ਹੀ ਰਹਿੰਦਾ ਹੈ ਮੰਦਰ ਨਹੀਂ ਸ਼ਾਇਦ ਉਹ ਕਲਾ ਮੰਦਰ ਵਿੱਚ ਹੀ ਰਹਿੰਦਾ ਹੈ ਗੁਰਦੁਆਰੇ ਨਹੀਂ ਉਹ ਕਲਾ ਗੁਰਦੁਆਰੇ ਹੀ ਰਹਿੰਦਾ ਹੈ ਉਹ ਚਰਚ ਵਿੱਚ ਨਹੀਂ ਇਦਾਂ ਦਾ ਕੁਝ ਨਹੀਂ ਹੈ ਉਹ ਹਰ ਜ਼ਰੇ ਵਿੱਚ ਮੌਜੂਦ ਹੈ ਤੁਸੀਂ ਕਿਧਰੇ ਵੀ ਚਲੇ ਜਾਓ ਹਰ ਇੱਕ ਵਿੱਚ ਮੌਜੂਦ ਇਹ ਹੀ ਕਾਰਨ ਸੀ ਮਸਜਿਦ ਵਾਲਿਆਂ ਸਮਝਿਆ ਉਹ ਕਲਾ ਮਸਜਿਦ ਵਿੱਚ ਹੈ ਉਹਨਾਂ ਹਿੰਦੂ ਸਿੱਖ ਸਾਰੇ ਹੀ ਮਾਰਨੇ ਸ਼ੁਰੂ ਕਰ ਦਿੱਤੇ ਵੀ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਜਾਣ ਵਾਲਿਆਂ ਦੇ ਅੰਦਰ ਨਹੀਂ ਵੱਸਦਾ ਉਹ ਉਹਦੇ ਮਸਜਿਦ ਵਿੱਚ ਰਹਿਣ ਵਾਲਿਆਂ ਦੇ ਅੰਦਰ ਆਏ ਤੇ ਅੱਜ ਕੱਲ੍ਹ ਕਈ ਇਹ ਸੋਚੀ ਬੈਠੇ ਨੇ ਵੀ ਕੱਲਾ ਉਹ ਮੰਦਰਾਂ ਵਿੱਚ ਜਾਣ ਵਾਲਿਆਂ ਦੇ ਹੀ ਅੰਦਰ ਵੱਸਦਾ ਹੈ ਸ਼ਾਇਦ ਗੁਰਦੁਆਰਿਆਂ 'ਚ ਜਿਹੜੇ ਜਾਂਦੇ ਨੇ ਮਸਜਿਦਾਂ 'ਚ ਜਿਹੜੇ ਜਾਂਦੇ ਨੇ ਉਹਨਾਂ ਵਿੱਚ ਨਹੀਂ ਵੱਸਦਾ ਉਹਨਾਂ ਨੂੰ ਮਿਟਾ ਦਈਏ ਇਦਾਂ ਦਾ ਕੁਝ ਨਹੀਂ ਹੈ ਚਾਹੇ ਤੂੰ ਹਿੰਦੂ ਹੈ ਸਿੱਖ ਹੈ ਈਸਾਈ ਹੈ ਮੁਸਲਮਾਨ ਹੈ ਤੂੰ ਕੀ ਸਮਝਦਾ ਹੈ ਵੀ ਤੂੰ ਇਸ ਅਨੇਕਤਾ ਨੂੰ ਮਿਟਾ ਕੇ ਏਕਤਾ ਕਰ ਸਕਦਾ ਨਹੀਂ ਕਰ ਪਾਵੇਂਗਾ ਇਹ ਖੁਦਾ ਦਾ ਬਗੀਚਾ ਹੈ ਸੰਸਾਰ ਤੇ ਬਗੀਚੇ ਵਿੱਚ ਰੰਗ ਬਰੰਗੇ ਫੁੱਲ ਹੀ ਹੁੰਦੇ ਨੇ ਕਦੇ ਇੱਕ ਤਰ੍ਹਾਂ ਦੇ ਫੁੱਲ ਨਹੀਂ ਇੱਕ ਤਰ੍ਹਾਂ ਦੇ ਫੁੱਲ ਹੋਣ ਵੀ ਤੇ ਬਗੀਚੇ ਵਿੱਚ ਉਹ ਜਿਹੜੀ ਸੁੰਦਰਤਾ ਹੈ ਨਾ ਉਹ ਬਰਕਰਾਰ ਨਹੀਂ ਰਹਿੰਦੀ ਰੰਗ ਬਰੰਗੇ ਫੁੱਲਾਂ ਨਾਲ ਹੀ ਸੁੰਦਰ ਬਗੀਚਾ ਲੱਗਦਾ ਹੈ ਤੇ ਜਦੋਂ ਖੁਦਾ ਨੇ ਅਨੇਕਤਾ ਬਣਾਈ ਹੈ ਤੇ ਤੂੰ ਕਿਹੜਾ ਪੈਦਾ ਹੋ ਗਿਆ ਭਾਈ ਏਕਤਾ ਕਰਨ ਵਾਲਾ ਔਰੰਗਜ਼ੇਬ ਆਖੇ ਵੀ ਮੈਂ ਸਾਰੀ ਦੁਨੀਆ ਨੂੰ ਮਿਟਾ ਦਵਾਂ ਕਲਮਾ ਪੜ੍ਹਾ ਲਵਾਂ ਅੱਜ ਦੇ ਹੁਕਮਰਾਨ ਆਖਣ ਵੀ ਸਭ ਨੂੰ ਮਿਟਾ ਕੇ ਗਾਇਤਰੀ ਪੜ੍ਹਾ ਲਈਏ ਤੇ ਕੱਲ ਨੂੰ ਕੋਈ ਸਿੱਖ ਹੁਕਮਰਾਨ ਆਖੇ ਵੀ ਸਾਰਿਆਂ ਨੂੰ ਜਪਜੀ ਪੜ੍ਹਾ ਲਵਾਂ ਇਦਾਂ ਦਾ ਕੁਝ ਨਹੀਂ ਜੇ ਹੁੰਦਾ ਪ੍ਰਮਾਤਮਾ ਦਾ ਦੁਨੀਆ ਇਹ ਬਾਗੀਚਾ ਹੈ ਸਾਰੇ ਹੀ ਫੁੱਲ ਫਲ ਉਹਨੂੰ ਪਾਉਂਦੇ ਨੇ ਉਹ ਪੈਦਾ ਕਰਦਾ ਹੈ ਸਾਰਿਆਂ ਦੀ ਪਰਵਰਿਸ਼ ਕਰਦਾ ਹੈ ਸਾਰਿਆਂ ਨੂੰ ਰੋਜ਼ੀ ਰੋਟੀ ਦੇਣ ਵਾਲਾ ਹੈ ਮਹਾਰਾਜ ਕਹਿੰਦੇ ਨੇ ਇਸ ਗੱਲ ਦਾ ਖਿਆਲ ਰੱਖੀ ਸਦਾ ਬਸਤ ਤੂੰ ਸਾਥ ਤੂੰ ਕੋਈ ਵੀ ਹੈ ਕੋਈ ਵੀ ਤੇਰੀ ਜਾਤ ਹੈ ਕੋਈ ਵੀ ਤੇਰਾ ਧਰਮ ਹੈ ਉਹ ਤੇਰੇ ਨਾਲ ਹੀ ਰਹਿੰਦਾ ਹੈ ਕਾਬੇ ਵਿੱਚ ਵੀ ਵਹੀ ਹੈ ਸ਼ਿਵਾਲੇ ਵਿੱਚ ਵੀ ਵਹੀ ਦੋਨੋਂ ਮਕਾਨ ਉਸਕੇ ਹੈ ਚਾਹੇ ਜਿਦ ਰਹੇ ਮਾਧਵ ਰਾਮ ਜਹਰ ਦੇ ਬੋਲ ਨੇ ਕਹਿੰਦਾ ਤੂੰ ਕਿਤੇ ਵੀ ਰਹਿ ਉਹਨੂੰ ਯਾਦ ਕਰੋ ਹਰ ਜ਼ਰੇ ਵਿੱਚ ਵੱਸਦਾ ਹੈ ਉਹ ਹਰ ਜਗ੍ਹਾ ਦੇ ਉੱਤੇ ਮੌਜੂਦ ਹੈ ਪਰ ਮਿਲਦੇ ਉਹਨਾਂ ਨੂੰ ਐ ਜਿਹੜੇ ਉਹਨੂੰ ਲੋਚਦੇ ਨੇ ਜਿਹੜੇ ਉਹਨੂੰ ਚਾਹੁੰਦੇ ਨੇ ਜਿਹੜੇ ਉਹਨੂੰ ਯਾਦ ਕਰਦੇ ਨੇ ਤੇ ਮੁਰਸ਼ਦ ਦੇ ਧਾਰੇ ਤੋਂ ਬਿਨਾਂ ਮੁਰਸ਼ਦ ਦੇ ਬਖਸ਼ੇ ilm ਤੋਂ ਬਿਨਾਂ ਸ਼ਬਦ ਤੋਂ ਬਿਨਾ ਅਭਿਆਸ ਤੋਂ ਬਿਨਾ ਉਹ ਪ੍ਰਗਟ ਨਹੀਂ ਹੋਣਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਤਗੁਰ ਚਰਣੀ ਲਗਿਆਂ ਹਰ ਨਾਮ ਨਿਤ ਜਪਨੀ ਜੋ ਈਸ਼ੈ ਸੋ ਫਲ ਪਾਇਸੀ ਸਭ ਘਰੈ ਵਿੱਚ ਜਚਨੀ ਗੁਰੂ ਪਾਤਸ਼ਾਹ ਦੇ ਦਰ ਤੇ ਆਓ ਗੁਰੂ ਦੀ ਬਾਣੀ ਨੂੰ ਹਿਰਦੇ ਵਿੱਚ ਧਾਰੋ ਗੁਰੂ ਦੇ ਚਰਨ ਪਕੜ ਕੇ ਉਪਦੇਸ਼ ਲਓ ਬਾਣੀ ਪੜਿਆ ਕਰੋ ਗਲੂਏ ਤੋਂ ਉਹਦੇ ਗੀਤ ਗਾਇਆ ਕਰੋ ਤੇ ਫਿਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੋ ਵੀ ਇੱਛਾ ਹੋਵੇਗੀ ਤੁਹਾਡੀ ਉਹੀ ਫਲ ਤੁਹਾਨੂੰ ਮਿਲ ਜਾਵੇਗਾ ਤੇ ਇਸ ਗੱਲ ਦਾ ਖਿਆਲ ਰੱਖਿਓ ਇਸ ਘਰ ਦੇ ਵਿੱਚੋਂ ਹੀ ਇਸ ਸ਼ਰੀਰ ਦੇ ਵਿੱਚੋਂ ਹੀ ਪਰਮ ਈਸ਼ਵਰ ਨੂੰ ਤੁਸੀਂ ਪ੍ਰਗਟ ਕਰ ਲਓਗੇ ਤੇ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਣਗੀਆਂ ਕਿਧਰੇ ਦੌੜਨ ਦੀ ਲੋੜ ਨਹੀਂ ਰਹੇਗੀ ਗੁਰੂ ਦਾ ਧਾਰਨਾ ਜ਼ਰੂਰੀ ਹੈ ਗੁਰੂ ਅਕਾਲ ਪੁਰਖ ਦੇ ਸਰਗੁਣ ਸਰੂਪ ਨੇ ਗੁਰੂ ਦੇ ਬਖਸ਼ੇ ਉਪਦੇਸ਼ ਨੂੰ ਕਮਾ ਕੇ ਹੀ ਖੁਦਾਇਆ ਮਿਲਦਾ ਹੈ ਤੇ ਜਿਨ੍ਹਾਂ ਨੂੰ ਫਿਰ ਉਹ ਮਿਲ ਜਾਂਦਾ ਹੈ ਉਹਨਾਂ ਦੇ ਮੰਗਣੇ ਮੁੱਕ ਜਾਂਦੇ ਨੇ ਉਹਨਾਂ ਨੂੰ ਕਿਧਰੇ ਝੋਲੀ ਨਹੀਂ ੱਡਣੀ ਪੈਂਦੀ ਐਸ਼ਾ ਗੁਰੂ ਕੀ ਬਾਣੀ ਦਾ ਉਪਦੇਸ਼ ਹੈ ਕਹਿੰਦੇ ਤੇਰੇ ਨਾਲ ਰਹਿੰਦਾ ਹੈ ਉਹਨੂੰ ਜਪਿਆ ਕਰ ਆਵਾਜ਼ ਦੇ ਆਕਰ ਕਦੇ ਉਹ ਵੀ ਆਵਾਜ਼ ਤੇਰੀ ਸੁਣ ਕੇ ਤੈਨੂੰ ਆਵਾਜ਼ ਮਾਰੇਗਾ ਤੁਸੀਂ ਬੁਲਾਓ ਹੀ ਨਾ ਕਿਸੇ ਨੂੰ ਆਵਾਜ਼ ਹੀ ਨਾ ਦਿਓ ਤੇ ਕਿੱਦਾਂ ਪ੍ਰਗਟ ਕਰ ਲਓਗੇ ਕਿਸੇ ਨੂੰ ਉਹ ਕਿਸੇ ਦੇ ਦਰਵਾਜ਼ੇ ਅੱਗੇ ਖਲੋਜੋ ਤੇ ਤੁਸੀਂ ਆਖੋ ਵੀ ਆਪੇ ਦਰਵਾਜ਼ਾ ਖੋਲ੍ਹ ਕੇ ਮਿਲ ਪਵੇ ਇਦਾਂ ਦਾ ਕੁਝ ਨਹੀਂ ਜੇ ਹੋਣਾ ਕੁੰਡਾ ਖੜਕਾਉਣਾ ਪੈਣਾ ਹੈ ਆਵਾਜ਼ ਦੇਣੀ ਪੈਣੀ ਹੈ ਕੀਰਨੇ ਪਾਉਣੇ ਪੈਣੇ ਨੇ ਕਬੀਰ ਕਿਸੋ ਕੇਸੋ ਕੂਕੀਆ ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਨੇ ਪੁਕਾਰ ਕੂਕਣਾ ਤੇ ਪੈਂਦਾ ਹੈ ਜਿਨ੍ਹਾਂ ਕੂਕਿਆ ਜਿਨ੍ਹਾਂ ਉਸ ਨੂੰ ਪਾਇਆ ਉਹਨਾਂ ਦੀਆਂ ਝੋਲੀਆਂ ਭਰ ਗਈਆਂ ਉਹਨਾਂ ਨੂੰ ਫਿਰ ਦਰਦਰ ਤੇ ਭਟਕਣਾ ਨਹੀਂ ਪਿਆ ਉਹਨਾਂ ਦਾ ਮੰਗਣਾ ਮੁੱਕ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਉਹਨਾਂ ਦਾ ਨਿਰਗੁਣ ਸਰੂਪ ਮਿਲਦਾ ਹੈ ਝੋਲੀਆਂ ਭਰਦੀਆਂ ਨੇ ਸਾਰੇ ਆਪਾਂ ਉਸੇ ਰਸਤੇ ਦੇ ਹੀ ਰਾਹੀ ਹਾਂ ਸਾਨੂੰ ਮੰਜ਼ਲ ਮਿਲੇ ਸਾਨੂੰ ਪਰਮੇਸ਼ਵਰ ਮਿਲੇ ਸਾਡਾ ਜੀਵਨ ਸਫਲਾ ਹੋਵੇ ਪੁੱਲ ਚੁੱਕਦੀ ਖਿਮਾ ਜੀ ਦਾਸੇ ਤੇ ਹੀ ਆਪਣੀ ਵਿਚਾਰ ਨੂੰ ਸੰਕੋਚਦਾ ਹੈ ਗੱਜ ਵੱਜ ਕੇ ਫਤੇ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਥ ਦੀ ਅਜਿਮ ਸ਼ਖਸ਼ੀਤ ਪੰਥ ਪ੍ਰਸਿੱਧ ਵਿਦਵਾਨ ਸਤਕੌਰ yog baba banta singh ji munda pind ਸੰਪਰਦਾਏ baba bidhi chand chi naam ਕਥਾ ਦੀ ਸੇਵਾ ਮਾਂ ਨਿਭਾਈਆਂ ਨੇ ਕੱਲ ਵੀ ਇਸੇ ਤਰੀਕੇ ਨਾਲ ਇਹਨਾਂ ਨੇ ਕਥਾ ਦੀ ਸੇਵਾ ਮਾਂ ਨਿਭਾਉਣੀਆਂ ਨੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬਤ ਸਤ ਸੰਗਤ ਵੱਲੋਂ ਧੰਨਵਾਦੀ ਹਾਂ